एक मन पुरख त्याए बरदाता, संत सहार सदा बखियाता। तास चरण लैर दै बसावो, तो परम गुरु नानक गुण गावो। गुण गावो गुण परम गुरु सुख सागर, दुर्त निवार शब्द सरे। गावे गंभीर धीर मत सागर, जोगी जंगम ध्यान तरे। गावे इंद्राद भगत प्रहलादक, आत्म रस जिन जानयो। गाव कल सजस गावो गुरु नानक, राज योग जिन मानयो। गाव कल सजस गावो गुरु नानक, राज योग जिन मानयो। व्याहो हुआ मेरे बाबला, गुरमुखे हर पाया। अज्ञान अंधेरा कटिया, गुर ज्ञान प्रचंड बलाया। बलिया गुर ज्ञान अंधेरा बिनसया, हर रत्न पदार्थ लादा। और मैं रो गया दुख लाथा, आप आपे गुरमत खदा। अकाल मूर्त वर पाया बनासी, ना कदे मरे ना जाया। व्याहो हुआ मेरे बाबुला, गुरमुखे हर पाया। हुवै सिफत खसामंदी, नूर अरसों गुरसों चटिया। तुद डिठे सचे पातशाह, मन जन्म जन्म दी कटिया। तुद डिठे सचे पातशाह, मल जन्म जन्म दी कटिया। दोहरा बहर हिल को कहत पे, चौं दिसते समुदाय। तब जुझार सिंह जीले, गुर पिता रजाए। वाहे गुरु जी का खालसा, वाहे गुरु जी की फतेह। सतगुरां दी साजी नवाजी, गुरु की संगत। धन गुरु गोबिंद सिंह महाराज जी का आप इतिहास सरवण कर रहे हाँ। नाल ही आपां अज का जो दिहाड़ा है, धन गुरु नानक देव महाराज साहब जी जो बेदियां दे कुल दे भूषण ने, उन्हां दे अज विआह समागम जेड़े ने अज दे दिन गुरु नानक देव पातशाह जी माता साहिब माता सुलखनी जी नूं विआहुण वास्ते बटाला नाम का जो नगर है उत्थे अज दे दिन महाराज जिया दे आनंद कारज होए सन। ये ऐसा दिहाड़ा भी महाराज साहब जी का आपां नूं प्राप्त हो रहा है। ये विचारा आपां सरवण करांगे। गुरु गोबिंद सिंह महाराज जियां दे कोलों आग्या लै के बाबा अजीत सिंह दी जंगे मैदान दे अंदर चले गए। भाई संतोख सिंह जिया ने उन्हां दी वीरता लिखी है भी किन्नी बहादुरी नाल बाबा अजीत सिंह ने जंग किया है। दुनिया दे विच कोई एहो जिहा सूरमा नहीं जिस दे जंग दा वर्णन तुलना बाबा अजीत सिंह जी दे नाल दित्ती जा सके। सेनापत नाम का कवि जो है वह लिखता, लेत परोए पठान को सबन सांग दिखाए, देखत ही सब करत है अरे खुदाए खुदाए। एक सेनापत नाम का कवि है
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਵਿੱਚੋਂ ਇੱਕ ਹੋਇਆ। ਇਹਨੇ ਲਿਖਿਆ ਵੀ ਬਾਬਾ ਅਜੀਤ ਸਿੰਘ ਨੇ ਬਾ ਕਮਾਲ ਜਿਹੜਾ ਜੰਗ ਹੈ ਉਹ ਬਰਸ਼ੀ ਦੇ ਨਾਲ ਕੀਤਾ ਹੈ। ਫਿਰ ਜਦੋਂ ਬਰਸ਼ੀ ਟੁੱਟ ਜਾਂਦੀ ਹੈ ਫਿਰ ਤਲਵਾਰ ਚੁੱਕ ਲੈਂਦੇ ਅਤੇ ਕਹਿਣ ਲੱਗੇ ਲਰਤ ਸੂਰ ਸੰਗਰਾਮ ਮੈਂ ਕਰ ਲੈਨੇ ਤਲਵਾਰ, ਵੱਡੇ ਸੂਰ ਮਾਰੇ ਤਾਂ ਫੌਜਨ ਕੇ ਸਰਦਾਰ। ਆਪਣੀ ਤਲਵਾਰ ਦੇ ਨਾਲ ਬਾਬਾ ਅਜੀਤ ਸਿੰਘ ਨੇ ਵੱਡੇ ਵੱਡੇ ਫੌਜ ਦੇ ਜਿਹੜੇ ਜਰਨੈਲ ਸਨ ਨਾ ਮੁਖੀ, ਚੁਣ ਚੁਣ ਕੇ ਉਹਨਾਂ ਨੂੰ ਮਾਰ ਮਾਰ ਕੇ ਇਸ ਧਰਤੀ ਤੋਂ ਰੁਖਸਤ ਕੀਤਾ। ਇਸ ਤਰ੍ਹਾਂ ਦਾ ਵੱਡਾ ਜੰਗ ਲੜਿਆ। ਜੰਗ ਲੜਦਿਆਂ ਬਾਬਾ ਜੀ ਦੀ ਤਲਵਾਰ ਵੀ ਟੁੱਟ ਗਈ ਹੈ ਅਤੇ ਫਿਰ ਜਦੋਂ ਤੀਰ ਚਲਾਉਂਦੇ ਨੇ, ਤੀਰਾਂ ਦੇ ਬਾਬਤ ਵਿਦਵਾਨਾਂ ਨੇ ਬਚਨ ਲਿਖਿਆ ਹੈ, ਜੇ ਸਰ ਲਾਗਤ ਜਾਏ ਕਹਿ ਰਹਿਤ ਨਾਹੇ ਅਰਮਾਨ। ਜਿਹਨੂੰ ਜਾ ਕੇ ਬਾਬਾ ਅਜੀਤ ਸਿੰਘ ਦਾ ਤੀਰ ਵੱਜਦਾ ਅਰਮਾਨ ਨਹੀਂ ਰਹਿੰਦਾ ਕੋਈ ਉਹਦਾ। ਮਾਨੋ ਮੰਡਕ ਖੋਖਰੇ ਗਿਰ ਗਿਰ ਪਰਤ ਪਠਾਨ, ਇਸ ਤਰ੍ਹਾਂ ਪਠਾਨ ਡਿੱਗਦੇ ਪਏ। ਇਸ ਤਰ੍ਹਾਂ ਦਾ ਮਹਾਨ ਜੰਗ ਕਰਕੇ ਬਾਬਾ ਅਜੀਤ ਸਿੰਘ ਜੀ ਕਤਲਗੜ੍ਹ ਤੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ, ਜੰਗ ਕਰਦਿਆਂ ਕਰਦਿਆਂ ਦੂਰ ਚਲੇ ਗਏ ਵੈਰੀ ਦੇ ਵਿੱਚ। ਅਜੀਤਗੜ੍ਹ ਨਾਮ ਦਾ ਉਹ ਗੁਰਦੁਆਰਾ ਸਾਹਿਬ ਬਣਿਆ ਕੋਈ 4-5 ਮੀਲ ਦੀ ਦੂਰੀ 'ਤੇ। ਵਿਦਵਾਨਾਂ ਨੇ ਲਿਖਿਆ ਵੀ ਉੱਥੋਂ ਤੱਕ ਬਾਬਾ ਜੀ ਜੰਗ ਕਰਦਿਆਂ ਪਹੁੰਚੇ ਸਨ ਅਤੇ ਫਿਰ ਉੱਥੇ ਉਹਨਾਂ ਦੀ ਸ਼ਹਾਦਤ ਹੋਈ ਹੈ। ਸ਼ਹੀਦੀ ਪਾਉਂਦਿਆਂ ਹੀ ਉਹਨਾਂ ਨੇ ਆਪਣਾ ਸਰੀਰ ਅਲੋਪ ਕਰ ਲਿਆ ਕਿ ਵੈਰੀ ਦੇ ਹੱਥ ਵਿੱਚ ਸਾਡਾ ਸਰੀਰ ਨਾ ਆਇਆ। ਬੀਬੀ ਹਰਸ਼ਰਨ ਕੌਰ ਜੀਆਂ ਨੇ ਬਾਅਦ ਵਿੱਚ ਸੇਵਾ ਕੀਤੀ, ਉਹ ਇਤਿਹਾਸ ਆਪਾਂ ਫਿਰ ਅੱਗੇ ਸਰਵਣ ਕਰਾਂਗੇ। ਆਪਣੇ ਵੱਡੇ ਭਰਾ ਦੀ ਸ਼ਹਾਦਤ ਵੇਖ ਕੇ ਹੁਣ ਛੋਟੇ ਭਰਾਤਾ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਜੀਆਂ ਦੇ ਛੋਟੇ ਪੁੱਤਰ ਨੇ, 13-14 ਸਾਲ ਦੀ ਉਮਰ ਹੈ, ਉਹਨਾਂ ਦੇ ਮਨ ਵਿੱਚ ਵੀ ਵਿਚਾਰ ਬਣਿਆ ਵੀ ਮੈਂ ਵੀ ਵੱਡੇ ਭਰਾ ਵਾਂਗੂ ਜਾ ਕੇ ਜੰਗ ਕਰਾਂ ਅਤੇ ਸ਼ਹਾਦਤ ਨੂੰ ਪ੍ਰਾਪਤ ਕਰਾਂ। ਹੁਣ ਬਾਬਾ ਜੁਝਾਰ ਸਿੰਘ ਜੀ ਕਿਵੇਂ ਜਾਣਗੇ? ਜੰਗ ਦੇ ਅੰਦਰ ਉਹ ਬਚਨ ਆਪਾਂ ਅੱਜ ਸਰਵਣ ਕਰਾਂਗੇ। ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਰ ਹੇਲ ਕੋ ਕਰਤ ਭੇ ਚੌ ਦਿਸ ਤੇ ਸਮੁੰਦਾਏ। ਬਾਬਾ ਅਜੀਤ ਸਿੰਘ ਦੇ ਸ਼ਹਾਦਤ ਪ੍ਰਾਪਤ ਹੋ ਜਾਣ ਤੋਂ ਬਾਅਦ ਵਿੱਚ ਵੈਰੀ ਨੇ ਫਿਰ ਇੱਕ ਵਾਰੀ ਲੜੀ ਦੇ ਉੱਪਰ ਹਮਲਾ ਕੀਤਾ, ਪਰ ਗੁਰਮੁਖੋ ਬਚਨ ਇਹ ਹੈ ਵੀ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਇਸ ਗੜੀ ਵਿੱਚ ਬੈਠੇ ਹੋਏ ਨਾ, ਉਨਾ ਚਿਰ ਇਹ ਗੜੀ ਇਹਨਾਂ ਨੂੰ ਜਿੱਤੀ ਨਹੀਂ ਜਾ ਸਕਦੀ। ਅੱਗੇ ਜਾ ਕੇ ਆਪਾਂ ਬਚਨ ਸਰਵਣ ਕਰਾਂਗੇ। ਫਿਰ ਇੱਕ ਤੀਰ ਚਲਾ ਕੇ ਮਹਾਰਾਜ ਨੇ 10,000 ਦੇ ਵਿੱਚੋਂ ਦੀ ਕੱਢ ਕੇ ਅਤੇ ਸਾਰੀ ਫੌਜ ਨੂੰ ਠਠੰਬਰਨ ਵਾਸਤੇ ਮਹਾਰਾਜ ਨੇ ਮਜਬੂਰ ਕਰ ਦਿੱਤਾ ਸੀ। ਬਚਨ ਆਪਾਂ ਅੱਗੇ ਸਰਵਣ ਕਰਾਂਗੇ। ਬਾਬਾ ਅਜੀਤ ਸਿੰਘ ਦੇ ਸ਼ਹਾਦਤ ਪਹੁੰਚਾਉਣ ਤੋਂ ਬਾਅਦ ਵਿੱਚ ਫਿਰ ਇੱਕ ਵਾਰੀ ਗੜੀ ਦੇ ਉੱਪਰ ਮੁਗਲਾਂ ਦੀ ਫੌਜ ਨੇ ਬੜਾ ਭਿਆਨਕ ਹਮਲਾ ਕੀਤਾ ਹੈ। ਤਬ ਜੁਝਾਰ ਸਿੰਘ ਜੀ ਲੈ ਗੁਰ ਪਿਤਾ ਰਜਾਏ। ਤਬ ਜੁਝਾਰ ਸਿੰਘ ਜੀ, ਉਸ ਵੇਲੇ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਜੀਆਂ ਦੇ ਦੂਜੇ ਪੁੱਤਰ ਨੇ, ਬਾਬਾ ਅਜੀਤ ਸਿੰਘ ਤੋਂ ਛੋਟੇ ਨੇ, 14-15 ਸਾਲ ਦੀ ਉਮਰਾਂ ਦਾ ਵਰਣਨ ਕੀਤਾ ਵਿਦਵਾਨਾਂ ਨੇ। ਉਸ ਵੇਲੇ ਉਹਨਾਂ ਦੇ ਮਨ ਵਿੱਚ ਵਿਚਾਰ ਬਣੇ ਵੀ ਹੁਣ ਸਾਨੂੰ ਵੀ ਜਾਣਾ ਚਾਹੀਦਾ ਹੈ। ਰਣ ਦੇਖ ਸੂਰੇ ਚੇਤ ਉਲਾਸ, ਜੰਗ ਦਾ ਸਮਾਂ ਬਣਿਆ ਹੋਵੇ ਅਤੇ ਸੂਰਮੇ ਨੂੰ ਖੁਸ਼ੀ ਨਾ ਆਵੇ, ਕਿਵੇਂ ਹੋ ਸਕਦਾ ਹੈ? ਉਸ ਵੇਲੇ ਆਪਣੇ ਪਿਤਾ ਜੀ ਦੇ ਕੋਲ ਗਏ, ਕਹਿਣ ਲੱਗੇ ਪਿਤਾ ਜੀ ਮੈਨੂੰ ਆਗਿਆ ਦਿਓ ਜੰਗ ਵਿੱਚ ਜਾਣ ਦੇ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੇਖ ਕੇ ਖੁਸ਼ ਹੋਏ, ਸਾਡਾ ਛੋਟਾ ਪੁੱਤਰ ਆ ਗਿਆ ਸ਼ਹਾਦਤ ਪਾਉਣ ਵਾਸਤੇ। ਕਈਆਂ ਵਿਦਵਾਨਾਂ ਨੇ ਇਸ ਤਰ੍ਹਾਂ ਬਚਨ ਲਿਖਿਆ ਹੈ ਬਾਬਾ ਜੀ ਦੀ ਉਪਮਾ ਦੇ ਵਿੱਚ ਵੀ ਵੱਡੀ ਦਸਤਾਰ ਉੱਚੀ ਕਰਕੇ ਸਿਰ 'ਤੇ ਬੰਨ੍ਹ ਲਈ, ਮੇਰਾ ਕੱਦ ਨਾ ਛੋਟਾ ਲੱਗੇ, ਮੈਂ ਛੋਟਾ ਨਾ ਲੱਗਾਂ ਕਿਤੇ, ਮਹਾਰਾਜ ਇਹੀ ਨਾ ਕਹਿ ਦੇਣ ਵੀ ਤੇਰੀ ਤਾਂ ਉਮਰਾਂ ਹੀ ਛੋਟੀ ਹੈ, ਇਹ ਜੰਗ ਕਰਨਾ ਤੇਰੇ ਵੱਸ ਦੀ ਗੱਲ ਨਹੀਂ, ਕਿਤੇ ਮੈਨੂੰ ਨਾ ਹੀ ਨਾ ਹੋ ਜਾਵੇ। ਇਸ ਤਰ੍ਹਾਂ ਤਿਆਰ ਹੋ ਕੇ ਆਪਣੇ ਆਪ ਨੂੰ ਵੱਡਾ ਬਣਾ ਕੇ ਵਿਖਾਇਆ ਵੀ ਮੈਂ ਬਹੁਤ ਵੱਡਾ ਹਾਂ। ਵੈਸੇ ਬਚਨ ਤਾਂ ਇਹ ਹੈ ਵੀ ਪੁੱਤਰ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ, ਮਾਂ ਬਾਪ ਵਾਸਤੇ ਬੱਚਾ ਹੀ ਹੁੰਦਾ, ਪਰ ਬਾਬਾ ਜੁਝਾਰ ਸਿੰਘ ਜੀ ਚਾਹੁੰਦੇ ਨੇ ਵੀ ਸਾਨੂੰ ਜੰਗ ਵਿੱਚ ਜਾਣ ਤੋਂ ਮਨਾ ਨਾ ਕੋਈ ਕਰੇ। ਇਸ ਕਰਕੇ ਆਪਣੇ ਪਿਤਾ ਦੀ ਆਗਿਆ ਲਈ ਹੈ, ਕਹਿਣ ਲੱਗੇ ਪਿਤਾ ਜੀ ਵੱਡੇ ਭਾਈ ਦੇ ਵਾਂਗ ਸਾਨੂੰ ਵੀ ਥਾਪੜਾ ਦਿਓ, ਅਸੀਂ ਵੀ ਆਪਣੇ ਭਰਾ ਦੇ ਵਾਂਗ ਜੰਗ ਕਰਕੇ ਵੀਰ ਗਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪ ਆਪਣੇ ਪੁੱਤਰ ਨੂੰ ਸਜਾਇਆ, ਸ਼ਸਤਰਾਂ ਦੇ ਨਾਲ ਤਿਆਰ ਬਰ ਤਿਆਰ ਕੀਤਾ, ਘੋੜਾ ਦਿੱਤਾ ਜਿਹਦੇ ਉੱਪਰ ਸਵਾਰ ਹੋ ਕੇ ਜਾਣਾ, ਇਸ ਤਰ੍ਹਾਂ ਤਿਆਰ ਕੀਤਾ। ਹੁਣ ਬਾਬਾ ਜੁਝਾਰ ਸਿੰਘ ਜੀ ਗੜੀ ਵਿੱਚੋਂ ਬਾਹਰ ਨਿਕਲ ਕੇ ਜੰਗ ਕਰਨ ਵਾਸਤੇ ਚੱਲੇ ਹਨ। ਚੌਪਈ ਪੰਜ ਸਿੰਘ ਨਿਕਸੇ ਤਿੰਨ ਜੰਗ। ਉਸ ਵੇਲੇ ਮਹਾਰਾਜ ਜੀਆਂ ਨੇ ਜਿਵੇਂ ਬਾਬਾ ਅਜੀਤ ਸਿੰਘ ਜੀ ਦੇ ਨਾਲ ਪੰਜ ਸਿੰਘ ਭੇਜੇ ਸਨ,
ਇਸੇ ਤਰ੍ਹਾਂ ਹੁਣ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਵੀ ਪੰਜ ਸਿੰਘ ਮਹਾਰਾਜ ਸਾਹਿਬ ਜੀ ਨੇ ਆਖਿਆ, ਕਹਿੰਦੇ ਇਹਨਾਂ ਦੀ ਉਮਰਾਂ ਛੋਟੀ ਹੈ, ਜੰਗ ਕਰਨ ਦਾ ਬਹੁਤਾ ਜਜ਼ਬਾ ਇਹਨਾਂ ਦੇ ਮਨ ਵਿੱਚ, ਪੰਜ ਸਿੰਘ ਨਾਲ ਤੋਰੇ, ਤੁਸੀਂ ਵੀ ਇਹਨਾਂ ਨਾਲ ਮਿਲ ਕੇ ਜੰਗ ਕਰਨਾ, ਜਿੰਨਾ ਚਿਰ ਸ਼ਹਾਦਤ ਪ੍ਰਾਪਤ ਨਹੀਂ ਕਰ ਲੈਂਦੇ ਉਨਾ ਚਿਰ ਰਣ ਤੱਤੇ ਵਿੱਚ ਜੂਝਦੇ ਰਹਿਣਾ ਹੈ। ਇਸ ਤਰ੍ਹਾਂ ਬਚਨ ਕਰਕੇ ਮਹਾਰਾਜ ਨੇ ਪੰਜ ਸਿੰਘ ਨਾਲ ਬਾਬਾ ਜੁਝਾਰ ਸਿੰਘ ਦੇ ਤੋਰੇ ਹਨ। ਜਿਨ ਚਿਤ ਚਾਉ ਕਰਨ ਕੋ ਜੰਗ। ਸੰਤੋਖ ਸਿੰਘ ਜੀ ਕਹਿੰਦੇ ਬਾਬਾ ਜੁਝਾਰ ਸਿੰਘ ਜੀ ਦੇ ਮਨ ਵਿੱਚ ਤੇ ਜੰਗ ਕਰਨ ਦਾ ਬੜਾ ਚਾਅ ਹੈ, ਪਰ ਜਿਹੜੇ ਪੰਜ ਸਿੰਘ ਨਾਲ ਤੋਰੇ ਨੇ ਇਹਨਾਂ ਦੇ ਚਿੱਤ ਵਿੱਚ ਵੀ ਬੜਾ ਚਾਅ ਹੈ, ਕਿਉਂਕਿ ਗੁਰਮੁਖੋ ਇਹ ਅਵਸਥਾ ਇਹੋ ਜਿਹੀ ਹੈ, ਇਹ ਪਦਵੀ ਇਹੋ ਜਿਹੀ ਹੈ ਜਿਹੜੀ ਕਈ ਜਨਮ ਭਗਤੀ ਕਰਕੇ, ਜਪ ਕਰਕੇ, ਤਪ ਕਰਕੇ ਵੀ ਉਹ ਅਵਸਥਾ ਨਹੀਂ ਮਿਲੇਗੀ ਜਿਹੜੀ ਅਵਸਥਾ ਅੱਜ ਮਹਾਰਾਜ ਸ਼ਹੀਦ ਸਿੰਘਾਂ ਨੂੰ ਵੰਡਦੇ ਪਏ ਨੇ। ਇਸ ਕਰਕੇ ਮਨ ਵਿੱਚ ਚਾਹ ਹੈ, ਚਾਹੁੰਦੇ ਨੇ ਜੰਗ ਵਿੱਚ ਜਾਣ ਵਾਸਤੇ। ਪ੍ਰਥਮ ਤੁਫੰਗਨ ਕੀ ਕਰ ਮਾਰ। ਸਾਰਿਆਂ ਤੋਂ ਪਹਿਲਾਂ ਜਦੋਂ ਜੰਗ ਵਿੱਚ ਪਹੁੰਚੇ ਨਾ ਬਾਬਾ ਜੁਝਾਰ ਸਿੰਘ ਜੀ ਔਰ ਪੰਜ ਸਿੰਘ, ਅਤੇ ਬੰਦੂਕਾਂ ਭਰੀਆਂ ਹੋਈਆਂ ਸਨ ਉਸ ਵੇਲੇ ਗੋਲੀਆਂ ਦੇ ਨਾਲ, ਬਰੂਦ ਦੇ ਨਾਲ ਵੈਰੀ ਦੇ ਵਿੱਚ ਜਾਂਦਿਆਂ ਸਾਰ ਹੀ ਪਹਿਲਾਂ ਬੰਦੂਕਾਂ ਵਿੱਚੋਂ ਗੋਲੀਆਂ ਚਲਾਈਆਂ, ਬੜੀ ਡਾਢੀ ਮਾਰ ਉਸ ਵੇਲੇ ਕੀਤੀ। ਮਹਾਰਾਜ ਸਾਹਿਬ ਜੀ ਦਾ ਹੁਕਮ ਸੀ ਜਦੋਂ ਆਖਿਆ ਨਾ ਸਿੰਘਾਂ ਨੇ, ਮਹਾਰਾਜ ਗੋਲੀ ਸਿੱਕਾ ਘੱਟ ਹੈ ਅਤੇ ਸਿੰਘ ਵੀ ਆਪਣੇ ਕੋਲ ਘੱਟ ਨੇ, ਵੈਰੀ ਦੀ ਫੌਜ ਬੜੀ ਜ਼ਿਆਦਾ ਹੈ, ਇਹਨਾਂ ਬੰਦੂਕਾਂ ਨੂੰ ਭਰਦਿਆਂ ਸਮਾਂ ਲੱਗੇਗਾ, ਚਲਾਉਂਦਿਆਂ ਸਮਾਂ ਲੱਗੇਗਾ। ਅਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ, ਕਹਿਣ ਲੱਗੇ ਸਿੰਘੋ ਇਹਨਾਂ ਬੰਦੂਕਾਂ ਦਾ ਮੂੰਹ ਵੈਰੀ ਵੱਲ ਕਰਕੇ ਚਲਾਈ ਚੱਲੋ, ਵਿੱਚ ਇਹਦੇ ਬਰੂਦ ਪਾਉਣ ਦੀ ਲੋੜ ਨਹੀਂ, ਆਪਣੇ ਆਪ ਹੀ ਇਹ ਬੰਦੂਕਾਂ ਅੱਗ ਗਲਸ਼ਦੀਆਂ ਰਹਿਣਗੀਆਂ ਅਤੇ ਦੁਸ਼ਮਣ ਨੂੰ ਮਾਰਦੀਆਂ ਰਹਿਣਗੀਆਂ। ਉਹ ਬਚਨ ਮਹਾਰਾਜ ਸਾਹਿਬ ਜੀਆਂ ਦੇ, ਕਹਿਣ ਲੱਗੇ ਵੀ ਇਸ ਵੇਲੇ ਇਹਨਾਂ ਸਿੰਘਾਂ ਨੇ ਆਪਣੀਆਂ ਬੰਦੂਕਾਂ ਦਾ ਮੂੰਹ ਵੈਰੀ ਦਲ ਵੱਲ ਕੀਤਾ, ਬੇਅੰਤ ਬਰੂਦ ਉਹਦੇ ਵਿੱਚੋਂ ਨਿਕਲਦਾ, ਵੈਰੀ ਨੂੰ ਸੋਧਾ ਲਾਉਂਦੇ ਹਨ। ਮਾਰ ਮਾਰ ਕਰ ਪਰੇ ਜੁਝਾਰ। ਉਸ ਵੇਲੇ ਸੂਰਮੇ ਮਾਰ ਲਓ ਕਹਿ ਕੇ, ਜਿਵੇਂ ਕੋਈ ਸ਼ੇਰ ਪੈ ਜਾਂਦਾ ਨਾ ਭੇਡਾਂ ਦੇ ਝੁੰਡ ਦੇ ਉੱਪਰ, ਹਿਰਣਾਂ ਦੇ ਝੁੰਡ ਦੇ ਉੱਪਰ, ਇਸ ਤਰ੍ਹਾਂ ਇਹ ਜੁਝਾਰੂ ਸੂਰਮੇ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਵੈਰੀ ਦੇ ਉੱਪਰ ਪੈ ਗਏ ਹਨ। ਬਹੁਰ ਤੜਾ ਤੜ ਛੋੜ ਤਮਾਸ਼ੇ। ਗੁਰਮੁਖੋ ਬੰਦੂਕਾਂ ਚਲਾਉਂਦਿਆਂ ਚਲਾਉਂਦਿਆਂ ਹੁਣ ਬੰਦੂਕਾਂ ਸੁੱਟ ਦਿੱਤੀਆਂ, ਪਾਸੇ ਕਰ ਦਿੱਤੀਆਂ, ਪਿਸਤੌਲ ਕੱਢ ਲਏ ਆਪਣੇ ਕੋਲ ਜਿਹੜੇ ਕਮਰ ਕੱਸੇ ਲਾਏ ਹੋਏ, ਪਿਸਤੌਲ ਉਸ ਵੇਲੇ ਵੈਰੀ ਦੇ ਵੱਲ ਕਰਕੇ ਉਹਦੇ ਨਾਲ ਫਿਰ ਵੈਰੀ ਦੇ ਉੱਪਰ ਵਾਰ ਕੀਤਾ ਹੈ। ਸਤਿਗੁਰ ਕੋ ਰੁੱਖ ਪਿਖਰ ਰਾਚੇ। ਸਤਿਗੁਰੂ ਪਾਤਸ਼ਾਹ ਦਾ ਰੁੱਖ ਵੇਖ ਕੇ, ਮਹਾਰਾਜ ਦੀ ਮਰਜ਼ੀ ਜਾਣ ਕੇ ਵੀ ਸਤਿਗੁਰਾਂ ਦੀ ਆਗਿਆ ਹੈ ਵੈਰੀ ਦੇ ਨਾਲ ਡਾਢਾ ਜੰਗ ਕਰਨਾ ਹੈ, ਮਹਾਰਾਜ ਦਾ ਰੁੱਖ ਜਾਣ ਕੇ, ਮਰਜ਼ੀ ਜਾਣ ਕੇ ਇਹ ਸੂਰਮੇ ਜਿਹੜੇ ਨੇ ਇਸ ਵੇਲੇ ਬੜੇ ਗੁੱਸੇ ਦੇ ਵਿੱਚ ਭਰੇ ਹੋਏ ਕਿ ਜੰਗ ਕਰਕੇ ਸ਼ਹਾਦਤ ਪ੍ਰਾਪਤ ਕਰਨੀ, ਮਹਾਰਾਜ ਦੀ ਖੁਸ਼ੀ ਲੈਣੀ ਹੈ, ਇਸ ਤਰ੍ਹਾਂ ਰੰਗ ਦੇ ਵਿੱਚ ਰੰਗੇ ਹੋਏ ਹਨ। ਪਰ ਉਪਾਏ ਨਾ ਕੋ ਬਣਿਆ। ਹੁਣ ਗੁਰਮੁਖੋ ਸ਼ਹਾਦਤ ਪ੍ਰਾਪਤ ਕਰਨ ਤੋਂ ਕੋਈ ਦੂਜਾ ਉਪਾਅ ਹੈ ਵੀ ਨਹੀਂ ਹੈ, ਦੂਜਾ ਕੋਈ ਹੈ ਹੀ ਨਹੀਂ ਉਪਾਅ, ਕੇਵਲ ਇੱਕੋ ਹੀ ਉਪਾਅ ਹੈ ਵੀ ਜੰਗੇ ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕਰਨੀ ਔਰ ਗੁਰੂ ਪਾਤਸ਼ਾਹ ਦੀ ਖੁਸ਼ੀ ਲੈਣੀ ਹੈ, ਸੱਚਖੰਡ ਦੀ ਪਦਵੀ ਨੂੰ ਪ੍ਰਾਪਤ ਕਰਨਾ ਹੈ। ਇਸ ਕਰਕੇ ਦੂਜਾ ਕੋਈ ਹੋਰ ਨਾ ਕੋਈ ਹੱਲ ਹੈ, ਨਾ ਕੋਈ ਵਿਚਾਰ ਹੈ, ਇਹ ਸਿੰਘ ਚਾਹੁੰਦੇ ਨੇ ਇਸ ਵੇਲੇ ਜੰਗ ਮੈਦਾਨ ਦੇ ਵਿੱਚ ਲੜਨਾ। ਰਬ ਸਨਮੁਖ ਹੋਏ ਸੀਸ ਚੜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਾਹਮਣੇ ਜੰਗ ਮੈਦਾਨ ਵਿੱਚ ਲੜੀਏ, ਲੜਦਿਆਂ ਹੋਇਆਂ ਸ਼ਹਾਦਤ ਪਾ ਦੇਈਏ, ਸਾਡੇ ਜਿਹੜੇ ਸੀਸ ਨੇ ਇਹ ਮਹਾਰਾਜ ਦੀ ਅਮਾਨਤ ਨੇ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਨਾ ਮਹਾਰਾਜ ਸਾਹਿਬ ਜੀਆਂ ਨੇ, ਉਸ ਵੇਲੇ ਬਚਨ ਆਖਿਆ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਾਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ, ਕਾਨ ਨਾ ਕੀਜੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਮਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਮਹਾਰਾਜ ਜੀਆਂ ਦਾ ਬਚਨ ਹੈ, ਦੂਜੇ ਧਰਮਾਂ ਦੇ ਵਿੱਚ ਬੜੇ ਬੜੇ ਰਾਜੇ ਜਾਂ ਰਿਖੀ ਮੁਨੀ ਹੋਏ, ਉਹਨਾਂ ਨੇ ਤਪ ਕਰ ਕਰਕੇ ਵਾਰੇ ਮੰਗਿਆ ਵੀ ਸਾਨੂੰ ਮੌਤ ਹੀ ਨਾ ਆਵੇ, ਮਰੀਏ ਹੀ ਨਾ, ਲੰਮੀ ਉਮਰਾਂ ਹੋ ਜਾਵੇ। ਹਰਨਾਕਸ਼ ਨੇ ਵੀ ਤੇ ਉਹ ਵਰ ਮੰਗਿਆ ਨਾ, ਮੈਖਾਸੁਰ ਨਾਮ ਦੇ ਦੈਂਤ ਨੇ ਵੀ ਵਰ ਮੰਗਿਆ, ਰਾਵਣ ਵਰਗਿਆਂ ਨੇ ਵੀ ਵਰ ਮੰਗ ਲਿਆ ਮੌਤ ਨਾ ਆਵੇ, ਪਰ ਗੁਰੂ ਦਾ ਸਿਧਾਂਤ ਇਹ ਹੈ, ਗੁਰੂ ਕਿਹਾ ਸਿੱਖਾ, ਤੇਰੇ ਮਨ ਵਿੱਚ ਇਹ ਗੱਲ ਨਾ ਆਵੇ ਮੈਂ ਗੁਰੂ ਵਾਲਾ ਬਣ ਲੱਗਾ ਤੇ ਮੈਨੂੰ ਮੌਤ ਨਾ ਆਵੇ, ਮੈਂ ਮਰਾਂ ਨਾ, ਇਹ ਗੁਰੂ ਦਾ ਸਿਧਾਂਤ ਨਹੀਂ ਹੈ। ਗੁਰੂ ਦਾ ਸਿਧਾਂਤ ਇਹ ਹੈ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਜੇ ਗੁਰੂ ਦੇ ਰਾਹ 'ਤੇ ਚੱਲਣਾ ਚਾਹੁੰਦਾ ਤੇ ਆਪਣਾ ਪਹਿਲਾਂ ਸੀਸ ਗੁਰੂ ਨੂੰ ਹੀ ਭੇਟ ਕਰਦੇ, ਇਤ ਮਾਰਗ ਪੈਰ ਧਰੀਜੈ, ਜੇ ਗੁਰੂ ਦੇ ਦੱਸੇ ਰਾਹ ਦੇ ਉੱਪਰ ਪੈਰ ਰੱਖਿਆ
ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇ ਕੇ ਵੀ ਜਨਾਈ ਨਾ ਵੀ ਮੈਂ ਸਿਰ ਦੇ ਦਿੱਤਾ ਹੈ, ਇਹ ਕਾਣ ਘਨੌੜ ਨਾ ਮਨ ਵਿੱਚ ਰਹਿ ਜਾਵੇ। ਸੰਮਣ ਤੇ ਮੂਸਣ ਦੀ ਸਾਖੀ ਆਪਾਂ ਸਰਵਣ ਕਰਦੇ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਕੁਰਬਾਨੀ ਕਰ ਦਿੱਤੀ ਭਾਈ ਮੂਸਣ ਦੀਆਂ ਨੇ, ਆਪਣਾ ਸਿਰ ਵੱਢ ਕੇ ਲੇਖੇ ਲਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਭੋਜਨ ਪ੍ਰਸ਼ਾਦਾ ਛੱਕ ਕੇ ਪ੍ਰਸੰਨ ਹੋਏ ਅਤੇ ਸੰਮਣ ਮੂਸਣ ਦੋਨਾਂ ਨੂੰ ਬਿਠਾ ਕੇ ਮਹਾਰਾਜ ਕਹਿਣ ਲੱਗੇ, ਭਾਈ ਸੰਮਣ, ਭਾਈ ਮੂਸਣ, ਤੁਹਾਡੇ ਮਨ ਵਿੱਚ ਇਹ ਮਾਣ ਨਾ ਆ ਜਾਵੇ ਕਿ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਾਸਤੇ ਆਪਣਾ ਸੀਸ ਵਾਰਿਆ ਹੈ, ਕੁਰਬਾਨੀ ਕੀਤੀ ਹੈ, ਵੇਖਿਓ ਕਿਤੇ ਕੁਰਬਾਨੀ ਕਰਕੇ ਹੰਕਾਰ ਨਾ ਕਰ ਲਿਓ। ਬਚਨ ਇਹ ਹੈ, ਸੰਮਣ ਜਿਉ ਇਸ ਪ੍ਰੇਮ ਕੀ ਦਮ ਕਿਉਂ ਹੁਤੀ ਸਾਟ, ਰਾਵਣ ਹੁਤੇ ਸੁਰੰਕ ਨੇ ਜਿਸ ਸਿਰ ਦੀਨੇ। ਇਹ ਬਚਨ ਮਹਾਰਾਜ ਜੀ ਦਾ ਵੀ ਰਾਵਣ ਕੋਈ ਕੰਗਾਲ ਨਹੀਂ ਹੈ, ਕਿਉਂਕਿ ਤੁਸੀਂ ਤੇ ਗਰੀਬ ਹੋ, ਤੁਹਾਨੂੰ ਪੈਸਾ ਨਹੀਂ ਮਿਲਦਾ ਪਿਆ, ਤੁਸੀਂ ਲੰਗਰ ਨਹੀਂ ਕਰ ਸਕਦੇ, ਤੁਸੀਂ ਪੈਸੇ ਵਾਸਤੇ ਕੁਰਬਾਨੀ ਕੀਤੀ ਹੈ ਵੀ ਮਹਾਰਾਜ ਦਾ ਲੰਗਰ ਕਰੀਏ, ਤੁਸੀਂ ਤਾਂ ਆਪਣਾ ਸਿਰ ਭੇਟ ਕੀਤਾ ਹੈ, ਪਰ ਰਾਵਣ ਕੋਈ ਗਰੀਬ ਥੋੜ੍ਹੀ ਹੈ। ਲੰਕਾ ਗੜ ਸੋਨੇ ਕਾ ਭਇਆ ਲਿਖਿਆ ਗੁਰਬਾਣੀ ਵਿੱਚ ਵੀ ਲੰਕਾਪਤੀ ਰਾਵਣ ਸੋਨੇ ਦੀ ਲੰਕਾ ਦਾ ਮਾਲਕ, ਮਾਇਆ ਦੀ ਕਮੀ ਕੋਈ ਨਹੀਂ। ਹਾਥੀ ਘੋੜੇ ਕਹਾਂ ਭਇਓ ਦਰ ਬਾਂਧੇ, ਹਾਥੀ ਖਿਣਮੈ ਭਈ ਪਰਾਈ, ਬਾਣੀ ਦਾ ਬਚਨ ਨਾ, ਹਾਥੀ ਘੋੜੇ ਦਰਵਾਜ਼ਿਆਂ 'ਤੇ ਹਰ ਵੇਲੇ ਸ਼ਿੰਗਾਰ ਕੇ ਬੱਧੇ ਰਹਿੰਦੇ, ਪਤਾ ਨਹੀਂ ਲੰਕਾ ਦੇ ਕਿਲ੍ਹੇ ਦਾ ਕਿਹੜਾ ਦਰਵਾਜ਼ਾ ਖੁੱਲ੍ਹੇਗਾ, ਉਹਦੇ ਵਿੱਚੋਂ ਰਾਵਣ ਬਾਹਰ ਨਿਕਲੇਗਾ। ਉਹਨੇ ਕਿਤੇ ਜਾਣਾ ਹੋਇਆ, ਪਹਿਲਾਂ ਹੀ ਹਾਥੀ ਘੋੜੇ ਸ਼ਿੰਗਾਰ ਕੇ ਉਹਦੇ ਆਉਣ ਦੀ ਉਡੀਕ ਕਰਦੇ, ਨੌਕਰ ਰਹਿੰਦੇ। ਪਰ ਪਾਤਸ਼ਾਹ ਕਹਿਣ ਲੱਗੇ, ਏਡਾ ਵੱਡਾ ਸਮਰਾਟ ਜੀ ਦੇ ਕੋਲ ਸੋਨੇ ਦੀ ਲੰਕਾ, ਹਾਥੀ ਘੋੜਿਆਂ ਦੀ ਗਿਣਤੀ ਕੋਈ ਨਹੀਂ, ਜੇ ਪੈਸਿਆਂ ਨਾਲ ਪਰਮਾਤਮਾ ਖੁਸ਼ ਹੋਵੇ, ਰਾਵਣ ਕੋਈ ਕੰਗਾਲ ਥੋੜ੍ਹੀ ਹੈ, ਉਹਨੂੰ ਆਪਣੇ ਸੀਸ ਕਿਉਂ ਵੱਢ ਕੇ ਆਪਣੇ ਇਸ਼ਟ ਦੇਵ ਨੂੰ ਭੇਟ ਕਰਨੇ ਪੈਣ, ਕਿਉਂ ਪ੍ਰਸੰਨਤਾ ਵਾਸਤੇ ਏਡੀ ਵੱਡੀ ਕੁਰਬਾਨੀ ਕਰਦਾ, ਮਾਇਆ ਦੇ ਕੇ ਪ੍ਰਸੰਨ ਕਰ ਲੈਂਦਾ। ਪਰ ਨਹੀਂ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ। ਸੋਨੇ ਚਾਂਦੀ ਦੇ ਵੱਟੇ ਰੱਬ ਨਹੀਂ ਕਦੇ ਮਿਲਿਆ, ਪ੍ਰੇਮ ਦੇ ਵੱਟੇ ਉਹ ਮਿਲਦਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਸੰਮਣ ਮੂਸਣ, ਵੇਖਿਓ ਆਪਣਾ ਸੀਸ ਗੁਰੂ ਨੂੰ ਦੇ ਕੇ ਕਿਤੇ ਮਨ ਵਿੱਚ ਮਾਣ ਨਾ ਕਰ ਲਿਓ, ਸੇਵਾ ਵਿਅਰਥ ਨਾ ਕਿਤੇ ਚਲੇ ਜਾਵੇ। ਇੱਥੇ ਬਚਨ ਆ ਗਿਆ, ਸਿਰ ਦੀਜੈ ਕਾਣ ਨਾ ਕੀਜੈ। ਜੇ ਸੀਸ ਦੇ ਦਿੱਤਾ ਨਾ ਗੁਰੂ ਨੂੰ, ਤਾਂ ਵੀ ਕਾਣ ਕਨੌੜ ਨਾ ਰਹੇ ਵੀ ਮੈਂ ਆ ਜਿਹਨੇ ਸੀਸ ਦਿੱਤਾ। ਨਹੀਂ, ਇੱਥੇ ਤੇ ਬਚਨ ਹੀ ਹੈ ਵੀ ਪਹਿਲਾਂ ਮਰਨ ਕਬੂਲ, ਜੇ ਗੁਰੂ ਦੇ ਦਰ 'ਤੇ ਜਾਣਾ ਚਾਹੁਣ, ਮੌਤ ਨੂੰ ਕਬੂਲ ਕਰ ਲਾ। ਮਰਨ ਲਿਖਾਏ ਮੰਡਲ ਮੈਂ ਆਏ, ਬਾਣੀ ਦਾ ਬਚਨ ਹੈ, ਮੌਤ 'ਤੇ ਪਹਿਲਾਂ ਲਿਖਾ ਕੇ ਫਿਰ ਦੁਨੀਆਂ ਵਿੱਚ ਜਨਮ ਮਿਲਿਆ। ਅਸੀਂ ਕਰਜ਼ਾ ਲੈਣ ਵਾਸਤੇ ਜਾਈਦਾ, ਅਤੇ ਕਰਜ਼ਾ ਦੇਣ ਤੋਂ ਪਹਿਲਾਂ ਉਸ ਪੇਪਰ ਦੇ ਉੱਪਰ ਸਾਈਨ ਕਰਵਾਏ ਜਾਂਦੇ, ਇੰਨੀ ਵਿਆਜ ਲੱਗੇਗੀ, ਇੰਨੇ ਸਾਲਾਂ ਵਿੱਚ ਮੋੜਨਾ ਪਵੇਗਾ, ਨਹੀਂ ਮੋੜੇਗਾ ਤੇਰਾ ਘਰ ਬਾਰ ਉਸ ਵੇਲੇ ਜ਼ਬਤ ਹੋ ਜਾਏਗਾ। ਅਜੇ ਮਿਲਿਆ ਨਹੀਂ, ਪਰ ਵਾਪਸ ਲੈਣ ਦੀ ਡੇਟ ਪਹਿਲਾਂ ਪੈ ਗਈ ਹੈ, ਉੱਥੇ ਮੰਨਣਾ ਪਿਆ ਵੀ ਮੈਂ ਮੋੜਾਂਗਾ। ਮਿਲਿਆ ਤਾਂ ਹੈ, ਕਦੇ ਉੱਥੇ ਜਾ ਕੇ ਕਹਿ ਦਿਓ ਵੀ ਮੈਂ ਨਹੀਂ ਮੋੜਨਾ, ਉਹ ਭਜਾ ਦੇਣਗੇ ਉੱਥੋਂ ਦੌੜਦਾ, ਜਿੱਧਰੋਂ ਆਇਆ ਤੈਨੂੰ ਦਿੰਦੇ ਵੀ ਨਹੀਂ। ਇਸੇ ਤਰ੍ਹਾਂ ਜਨਮ ਤੋਂ ਪਹਿਲਾਂ ਪਰਮਾਤਮਾ ਨੇ ਮੌਤ ਲਿਖੀ ਹੈ, ਮਰਨਾ ਮੰਨਿਆ ਹੈ ਤਾਂ ਜਨਮ ਮਿਲਿਆ। ਮਹਾਰਾਜ ਕਹਿਣ ਲੱਗੇ, ਬਚਨ ਇਹ ਹੈ, ਸਿੱਖਾਂ ਨੇ ਜੰਗ ਕਰਦੇ ਪਏ ਚਮਕੌਰ ਦੀ ਗੜੀ ਦਾ ਬਾਬਾ ਜੁਝਾਰ ਸਿੰਘ ਦੇ ਨਾਲ, ਹੁਣ ਪਤਾ ਵੀ ਅਸੀਂ ਸ਼ਹਾਦਤ ਪ੍ਰਾਪਤ ਕਰਨੀ ਹੈ, ਜੇ ਸਾਡਾ ਸੀਸ ਗੁਰੂ ਲੇਖੇ ਲੱਗ ਜਾਵੇ, ਇਹਦੇ ਤੋਂ ਵੱਡੀ ਕੋਈ ਸੇਵਾ ਨਹੀਂ ਹੈ, ਆਪਣੇ ਮਾਲਕ ਦੇ ਅੱਗੇ ਸੀਸ ਭੇਟ ਕਰ ਦਈਏ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵੈ। ਇਸ ਤਰ੍ਹਾਂ ਦੀ ਅਵਸਥਾ ਇਹਨਾਂ ਗੁਰਮੁਖਾਂ ਦੀ ਬਣੀ ਹੈ, ਬੜਾ ਭਿਆਨਕਰ ਜੰਗ ਕਰਦੇ ਪਏ ਸ਼ਹਾਦਤ ਪ੍ਰਾਪਤ ਕਰਨ ਵਾਸਤੇ, ਮਾਲਕ ਸਤਿਗੁਰੂ ਨੂੰ ਸੀਸ ਭੇਟ ਕਰਨ ਵਾਸਤੇ। ਬਾਬਾ ਜੁਝਾਰ ਸਿੰਘ ਜੀ ਨਾਲ ਦੇ ਪੰਜ ਸਿੰਘ ਇਸ ਤਰ੍ਹਾਂ ਜੰਗੇ ਮੈਦਾਨ ਦੇ ਅੰਦਰ ਲੜਦੇ ਪਏ ਹਨ। ਮ੍ਰਿਗ ਝੁੰਡਨ ਮੈਂ ਕਿਹਰ ਫਿਰ, ਭਾਈ ਸੰਤੋਖ ਸਿੰਘ ਜੀ ਬਹਾਦਰੀ ਦੱਸਦੇ ਪਏ, ਕਹਿਣ ਲੱਗੇ ਜਿਹੜਾ ਕਿਹੜੀ ਸ਼ੇਰ ਹੈ ਨਾ ਜੰਗਲ ਦੇ ਵਿੱਚ ਨਿਰਭੈ ਹੋ ਕੇ ਵਿਚਰਦਾ ਹੈ, ਉਹਨੂੰ ਡਰ ਨਹੀਂ ਹੈ ਕਿਸੇ ਦਾ। ਇੱਕ ਪਾਸੇ ਹਿਰਣਾਂ ਦਾ ਝੁੰਡ ਆ ਗਿਆ, ਸੈਂਕੜੇ ਹਿਰਣ ਇਕੱਠੇ ਹੋ ਕੇ ਆ ਗਏ, ਇੱਕ ਪਾਸੇ ਜੰਗਲ ਦਾ ਰਾਜਾ ਸ਼ੇਰ ਹੈ, ਉਹਨੂੰ ਸੈਂਕੜੇ ਹਿਰਣਾਂ ਦੀ ਕੋਈ ਪਰਵਾਹ ਨਹੀਂ, ਉਹਦੇ ਹਮਲਾ ਕਰ ਹੀ ਦਿੰਦਾ। ਮਹਾਰਾਜ ਜੀਆਂ ਦੇ ਪੰਜ ਸਿੰਘ ਜੰਗ ਮੈਦਾਨ ਵਿੱਚ ਗਏ ਨੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ, ਇਹ ਮੰਨ ਲਓ ਵੀ ਇਹ ਸ਼ੇਰ ਵਰਗਾ ਇਹਨਾਂ ਦਾ ਇਸ ਵੇਲੇ ਸੁਭਾਅ ਬਣਿਆ ਹੋਇਆ, ਸ਼ੇਰ ਦੇ ਵਾਂਗ ਇਹ ਹਮਲਾ ਕਰਨ ਵਾਸਤੇ ਜੰਗ ਮੈਦਾਨ ਵਿੱਚ ਪਹੁੰਚੇ। ਦੂਸਰੇ ਪਾਸੇ ਵੈਰੀਆਂ ਦਾ ਦਲ ਮਿਰਗਾਂ ਦੇ ਝੁੰਡ ਵਾਂਗ ਹੈ ਬਹੁਤਾ, ਪਰ ਮਨ ਵਿੱਚ ਡਰ ਵੀ ਬੜਾ ਹੈ।
इस तरह निरभैता दे नाल जाके जंग करदे हन। निरभय वीर कह त्रास न तर। निरभय ने डर नहीं, डर कहदा हुंदा, डर मौत दा है, ते मौत नूं ते पहले ही जित लिया है, मौत दा डर कोई नहीं रह गया है। साडे वर्गे संसारी लोग ने किते मरना जाइए, किते दुख ना आ जावे, असीं डरदे रहिंदे मौत तों, पर जिन्हां ने जीवन कमाया ना उन्हां नूं मौत दा भी कोई डर नहीं है, मौत नूं उन्हां ने जित लिया है। बाहर हम काहे आवेंगे, आवन जाना हुक्म तिसै का हुक्म है बुझ। जिन्हां ने उहदा हुक्म बुझ लिया उन्हां नूं फिर संसार विचों जाण दा भी कोई डर नहीं है। ये महाराज दे पंज सिंह साहिबान जंग करदे पै, मौत दा कोई भय नहीं, कोई डर नहीं, इस तरह लड़दे हन। प्राण बचै ए लालच छोड़ा। जंग मैदान विच की हुंदा, मेरी जान बच जावे, दूजा सोचदा मेरी जान बच जावे फिर जंग लड़दे। पर ये जिहड़े पंज सिंह गए न बाबा जुझार सिंह दे नाल, इन्हां पंजां दे मन विचों ये गल खत्म ही हो गई है कि असीं प्राण बचाउणे ने, असीं ते प्राण देण वास्ते आए, गए ही शहीदी देण वास्ते, प्राण बचाउण दी ते फिर कोई गल ही नहीं है, कोई विचार ही नहीं है। ये प्राण नहीं बचाउणे, ये लालच मन विचों कढ दित्ता है। इस तरह जंग दे विच निरभय हो के लड़दे हन। मारहिं अगर परै रिप उरा। जिहड़ा दुश्मन अगे इहनूं वधदा है ना, उहदे उपर टुट के पै जांदे, जिवें भुखा बाज पैंदा ना गुरमुखो शिकार दे उपर जाके। इस तरह ये पंज सिंह बाबा जुझार सिंह जीआं दे नाल जिस पासे टिड्डी दल नूं बहुता वेखदे, बड़ा भयानक हमला करके उन्हां ते पै जांदे हन। क्यों गरजत है सिंह जुझारे। कला जंग ही नहीं करदे पै, नाल गरजदे भी पै, जिवें जंगल दा राजा शेर गरजदा है ते सारे जंगल दे विच उस वेले थरथरी पैदा हो जांदी है। ये पंज सिंह गरजदे पै, नाल जकारा छड्डदे पै, नाल फतेह गजाउंदे पै, नाल ललकारदे पै इक दूजे नूं, इस तरह ललकार के जंग करदे हन। गुरमुखो पंजां सिंघां ने ऐसा जंग कीता है, वैरियां दी गिणती है बहुती है, लखां दे विच है, पर जान बचाउण वास्ते कोई सज्जे नूं भज्जा जांदा है, कोई खब्बे नूं भज्जा जांदा है, कोई बहाना ला के पिछे नूं मुड़िया जांदा है, क्यों अगे जा के अपनी जान दे के ते जान गवाईए। इस वेले वैरियां दी फौज जिहड़ी है जान बचाउण वास्ते इधर उधर बहाने नाल टलदे जांदे हन। पहुंच जाहे पर शस्त्र चलावे। जिस वेले पंज सिंह पहुंचदे ना वैरी दे उपर, पहुंचदिया नाल ही वैरी दे उपर हमला कर देंदे, किसे दा कोई गुरेज नहीं है, शस्त्र फड़िया कादे वास्ते चलाउण वास्ते, वैरी दे उपर इस तरह टुट के हमला करदे हन। इक ते द्वै कर धरन गिरावे। ते भाई संतोख सिंह जी कहिंदे इन्हां सिंघां दी जदों तेग चलदी है ना गुरमुख, वड्डे वड्डे पठाणा दे एक एक शरीर नूं दो दो टोटियां विच करके धरती ते सुट देंदे, किसे दे मोढ़े दे उपर ऐसा वार करदे, मोढ़े तो लैके वखी तक शरीर चीर दिता है, अद्धा एक पासे रह गया, अद्धा एक पासे रह गया, किसे दी गर्दन ते वार करदे, धड़ वखरा रह गया, सिर वखरा रह गया, किसे दी वखी दे विच ऐसा तलवार दा वार करदे, अद्धा ढिड पाड़ के अद्धा शरीर एक पासे है, अद्धा एक पासे है। वड्डे वड्डे पठाणा दे शरीर जिहड़े ने दो दो हिस्सों विच वंड के धरती ते सुट दित्ते हन। मार मार कर तुरक हजारों। एक दूजे नूं आखदे मार लो पिछे ना हटो, सूरमे मौका नहीं जे फिर मिलना ऐसा, इस तरह कह कह के हजारां दी गिनती विच वैरी नूं मार के धरती ते सुटिया है। ए तो उत फिर घेरां दे चारों। ते गुरमुखो ये पंज सिंह ने ना ते छेवें ने बाबा जुझार सिंह जी, इन्हां छेवां नूं घेरन वास्ते मुगलां दी फौज कोई इधरों पंज सत्त हज़ार, कोई उधरों पंज सत्त हज़ार इकट्ठे हो के घेरदे ने अपने वल्लों भी किसे तरीके नाल इन्हां नूं गिरफ्तार कर लईए, किसे तरीके नाल मार लईए, इस तरह हमला करदे, चार चफेरे तो घेरना चाहुंदे हन। तौ मरन की शंक न जिनको। गुरमुखो इन्हां सिंघां नूं भी पता भी ये टिड्डी दल सानूं घेरदा पिया है, पर इन्हां दे मन विचों मरन दा शंका खत्म ही हो गया, क्योंकि असीं आ ही मरन वास्ते आ, जे मरना ना हुंदा ते महाराज नूं क्यों कहिंदे पातशाह सानूं गढ़ी तों बाहर जा लैण दे, नहीं ये आई शहीदी पाउण वास्ते, मन विच शंका ही नहीं है, मौत दा कोई भय नहीं ते जीवन दी कोई आस नहीं है, जीवन की छड आस हो सबन की रेनका, तो आओ आओ हमारे पास, ऐसी अवस्था दे मालक बने हन। कहां सूरता गुण गन तिनको। भाई संतोख सिंह जी कहिंदे मैं इन्हां पंजां सिंघां दी सूरमताई दे गुण कह ही नहीं सकदा, वड्डे तो वड्डा विद्वान लिखारी कवि जिहड़ा
ਇਹਨਾਂ ਪੰਜਾਂ ਸਿੰਘਾਂ ਨੇ ਜਿਹੜਾ ਜੰਗ ਕੀਤਾ ਸੂਰਮਤਾਈ ਦੇ ਨਾਲ, ਕਹਿੰਦੇ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਨਾ ਕੋਈ ਇਹੋ ਜਿਹਾ ਅਲਫਾਜ਼ ਹੈ, ਨਾ ਕੋਈ ਇਹੋ ਜਿਹੀ ਕਲਮ ਹੈ, ਨਾ ਕੋਈ ਇਹੋ ਜਿਹੀ ਮਤ ਹੈ, ਇਹਨਾਂ ਪੰਜਾਂ ਦੇ ਗੁਣ ਵਰਣਨ ਕੀਤੇ ਜਾ ਸਕਣ। ਪਹੁੰਚੇ ਸਨਮੁਖ ਜਿਸ ਕਰ ਝਾਰੇ, ਉਸ ਵੇਲੇ ਜੰਗ ਦੇ ਵਿੱਚ ਜਿਹਦੇ ਸਾਹਮਣੇ ਚਲੇ ਜਾਂਦੇ ਨਾ ਇਹ ਪੰਜ ਸਿੰਘ ਬਾਬਾ ਜੁਝਾਰ ਸਿੰਘ ਦੇ ਸਮੇਤ, ਇਹ ਪੰਜ ਸਿੰਘ ਨਹੀਂ ਸਾਹਮਣੇ ਗਏ, ਮੰਨ ਲਓ ਉਹਨਾਂ ਦੇ ਸਾਹਮਣੇ ਮੌਤ ਆ ਕੇ ਖੜ ਗਈ ਹੈ, ਜਾਂ ਇਸ ਤਰ੍ਹਾਂ ਕਹਿ ਲਓ ਵੀ ਜਮ ਉਹਨਾਂ ਦੇ ਸਾਹਮਣੇ ਖੜ ਗਿਆ। ਜਿਹਦੇ ਸਾਹਮਣੇ ਚਲੇ ਜਾਂਦੇ ਆਪਣੀ ਤੇਗ ਨੂੰ, ਤਲਵਾਰ ਨੂੰ ਇਸ ਤਰ੍ਹਾਂ ਝਾੜਦੇ ਵੈਰੀ ਦੇ ਸਰੀਰ ਦੇ ਉੱਪਰ, ਆਪਣੀ ਤੇਗ ਦਾ ਐਸਾ ਵਾਰ ਕਰਦੇ ਛੇਤੀ ਦੇ ਨਾਲ ਦੁਸ਼ਮਣ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨ। ਗੁਰ ਪ੍ਰਤਾਪ ਤੇ ਤਤ ਸਿੰਘ ਮਾਰੇ, ਗੁਰਮੁਖੋ ਉਮਰਾ ਭਾਵੇਂ ਬਾਬਾ ਜੁਝਾਰ ਸਿੰਘ ਜੀਆਂ ਦੀ ਛੁੱਟੀ ਹੈ, ਪਰ ਗੁਰੂ ਪਾਤਸ਼ਾਹ ਜੀ ਦਾ ਪ੍ਰਤਾਪ ਵੀ ਹੈ ਨਾ, ਬਖਸ਼ਿਸ਼ ਵੀ ਹੈ ਨਾ, ਥਾਪੜਾ ਲੈ ਕੇ ਆਏ ਨਾ, ਰਜਾ ਦੇ ਵਿੱਚ ਆਏ ਨੇ, ਆਗਿਆ ਲੈ ਕੇ ਆਏ, ਮਹਾਰਾਜ ਜੀ ਦਾ ਐਸਾ ਥਾਪੜਾ ਮਿਲਿਆ ਹੈ। ਕਹਿਣ ਲੱਗੇ ਜੰਗ ਦਾ ਕੋਈ ਭੈ ਡਰ ਨਹੀਂ ਹੈ, ਐਸੇ ਪ੍ਰਤਾਪ ਗੁਰੂ ਦੇ ਪ੍ਰਤਾਪ ਦੇ ਨਾਲ। ਮਹਾਰਾਜ ਜੀ ਦਾ ਬਚਨ ਵੀ ਆਪਾਂ ਪੜ੍ਹਦੇ ਹਾਂ, ਜਬ ਲੱਗ ਖਾਲਸਾ ਰਹਿ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ, ਇਹ ਬਚਨ ਹੈ। ਜਿੰਨਾ ਚਿਰ ਮੇਰਾ ਖਾਲਸਾ ਬਾਣੀ ਬਾਣੇ ਨਾਲ ਜੁੜਿਆ ਰਹੇਗਾ, ਉਹਨਾਂ ਚਿਰ ਸਾਡੀ ਪੂਰੀ ਬਖਸ਼ਿਸ਼ ਦਾ ਇਹ ਹੱਕਦਾਰ ਹੋਵੇਗਾ। ਅਸੀਂ ਇਹਨਾਂ ਦੇ ਸਿਰ ਦੇ ਉੱਪਰ ਖਲੋਤੇ, ਸਿਰ ਉੱਪਰ ਠਾਡਾ ਗੁਰ ਸੂਰਾ ਨਾਨਕ ਤਾਕੇ, ਜਿਹਨਾਂ ਦੇ ਸਿਰ ਦੇ ਉੱਪਰ ਮਹਾਰਾਜ ਖੜ ਜਾਣ, ਉਹਨਾਂ ਦੇ ਕਾਰਜ ਫਿਰ ਅਧੂਰੇ ਕਿਵੇਂ ਰਹਿ ਸਕਦੇ। ਜਿੰਨਾ ਜਿੰਨਾ ਇਹਨਾਂ ਸਿੰਘਾਂ ਦਾ ਫੁਰਨਾ ਸੀ ਨਾ ਵੀ ਮੈਂ ਇੰਨਾ ਜੰਗ ਕਰਨਾ, ਮੈਂ ਇੰਨੇ ਵੈਰੀਆਂ ਨੂੰ ਮਾਰਨਾ, ਮਹਾਰਾਜ ਅੰਗ ਸੰਗ ਹੋ ਕੇ ਇਹਨਾਂ ਦੇ ਉਹ ਫੁਰਨੇ ਸਿੰਘਾਂ ਦੇ ਜੰਗ ਕਰਨ ਵਾਲੇ ਪੂਰੇ ਕਰਦੇ ਪਏ ਅਤੇ ਵੈਰੀ ਨੂੰ ਸੁਧਾ ਲਾਉਂਦੇ ਹਨ। ਸੁਧਤ ਸ਼ਰਮਤ ਦੁੱਖ ਤਹਿਸ਼ਨ ਟਾਰੇ, ਗੁਰਮੁਖੋ ਆਪਾਂ ਇਤਿਹਾਸ ਪੜ੍ਹਿਆ ਵੀ 7 ਮਹੀਨੇ ਦਾ ਲੰਮਾ ਘੇਰਾ ਆਨੰਦਪੁਰ ਸਾਹਿਬ ਨੂੰ ਪਿਆ, ਉੱਥੇ ਆਟਾ ਦਾਣਾ ਪ੍ਰਸ਼ਾਦਾ ਪਾਣੀ ਸਭ ਕੁਝ ਮੁੱਕ ਗਿਆ, ਭੁੱਖੇ ਰਹਿ ਕਈ ਮਹੀਨੇ ਕਈ ਦਿਨ ਭੁੱਖ ਨੂੰ ਸਹਾਰਿਆ, ਇੱਥੋਂ ਤੱਕ ਕਿ ਰੁੱਖਾਂ ਦੇ ਸੱਕ ਲਾ ਕੇ ਪਾਣੀ ਵਿੱਚ ਉਬਾਲ ਕੇ ਜਦੋਂ ਨਰਮ ਹੋ ਜਾਂਦੇ, ਪਾਣੀ ਵੀ ਪੀਤਾ ਜਾਂਦਾ ਅਤੇ ਸੱਕ ਵੀ ਖਾਧਾ ਜਾਂਦਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਚਰਦੇ ਵਿਚਰਦੇ ਆ ਗਏ, ਵੇਖਿਆ ਰੁੱਖਾਂ ਦੇ ਨਾਲੋਂ ਸੱਕ ਲੱਥਾ ਹੋਇਆ, ਪੁੱਛਿਆ ਮਹਾਰਾਜ ਕਹਿੰਦੇ ਰੁੱਖਾਂ ਨੂੰ ਕੀ ਹੋਇਆ, ਇਹਨਾਂ ਦਾ ਸੱਕ ਕਿੱਧਰ ਚਲੇ ਗਿਆ, ਉੱਪਰਲਾ ਛਿਲਕਾ। ਅਤੇ ਕਿਸੇ ਸਿੱਖ ਨੇ ਦੱਸਿਆ ਮਹਾਰਾਜ ਭੁੱਖ ਦੀ ਬੜੀ ਡਾਢੀ ਜਿਹੜੀ ਹੈ, ਭੁੱਖ ਬੜੀ ਵਿਆਕੁਲਤਾ ਹੈ, ਭੁੱਖ ਸਹਾਰੀ ਨਹੀਂ ਜਾਂਦੀ ਮਹਾਰਾਜ ਜੀ, ਅਸੀਂ ਇਹ ਛਿਲਕੇ ਪਾਣੀ ਵਿੱਚ ਉਬਾਲ ਉਬਾਲ ਕੇ ਖਾ ਲੈ ਭੁੱਖ ਦੂਰ ਕਰਨ ਵਾਸਤੇ। ਮਹਾਰਾਜ ਜੀ ਨੇ ਉਸ ਵੇਲੇ ਆਖਿਆ, ਕਹਿਣ ਲੱਗੇ ਨਹੀਂ ਸਿੰਘੋ, ਇਹ ਛਿਲਕਾ ਜਿਹੜਾ ਹੈ ਨਾ ਇਹ ਇਹਨਾਂ ਰੁੱਖਾਂ ਦੀ ਵਰਦੀ ਹੈ, ਇਹਨੂੰ ਨਹੀਂ ਉਤਾਰਨਾ, ਭੁੱਖ ਨੂੰ ਸਹਾਰਨਾ ਹੈ ਪਰ ਛਿਲਕਾ ਵੀ ਨਹੀਂ ਖਾਣਾ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ। ਇਹ ਮਹਾਰਾਜ ਕਸਵੱਟੀ ਲਾਉਂਦੇ ਪਏ ਆਪਣੇ ਖਾਲਸੇ ਦੇ ਉੱਪਰ, ਅਤੇ ਮਹਾਰਾਜ ਨੇ ਬਚਨ ਆਖਿਆ ਸੀ, ਕਹਿਣ ਲੱਗੇ ਖਾਲਸਾ ਜੀ ਚਾਹੀਏ ਤਾਂ ਤੁਹਾਨੂੰ ਸਭ ਕੁਝ ਹੁਣੇ ਦੇ ਦਈਏ, ਪਰ ਅਸੀਂ ਤੁਹਾਨੂੰ ਪਰਖ ਦੇ ਵਿੱਚ ਤਾਂ ਪਾਇਆ, ਇਹ ਤੁਹਾਡਾ ਤਪ ਹੈ, ਜਿੰਨਾ ਤਪ ਕਰੋਗੇ ਉਨੀ ਛੇਤੀ ਰਾਜ ਭਾਗ ਦੇ ਮਾਲਕ ਬਣ ਕੇ ਸੁਖ ਲਵੋ, ਇਹ ਤਾਂ ਤੁਹਾਡੀ ਅਸੀਂ ਪਰਖ ਕਰਦੇ ਪਏ। ਇਸ ਤਰ੍ਹਾਂ 7 ਮਹੀਨੇ ਭੁੱਖੇ ਰਹਿ, ਛਿਲਕੇ ਵੀ ਖਾਣ ਤੋਂ ਮਨਾ ਕਰ ਦਿੱਤਾ ਮਹਾਰਾਜ ਨੇ, ਸਾਰੀ ਰਾਤ ਦਾ ਜੰਗ ਲੜਦਿਆਂ ਹੋਇਆ ਅਤੇ ਫਿਰ ਚਮਕੌਰ ਦੀ ਗੜੀ ਵਿੱਚ ਅਗਲੇ ਦਿਨ ਆ ਕੇ ਪਹੁੰਚੇ। ਹੁਣ ਪ੍ਰਸ਼ਾਦਾ ਪਾਣੀ ਕਿੱਥੇ ਹੈ, ਨਹੀਂ ਭੁੱਖੇ ਨੇ ਇਹ ਸਿੰਘ, ਅਤੇ ਗੁਰਮੁਖੋ ਸਾਰੀ ਰਾਤ ਇੱਥੇ ਬੈਠੇ ਰਹਿ ਗੜੀ ਦੇ ਅੰਦਰ ਆ ਕੇ, ਕੋਈ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ ਹੈ। ਅਗਲਾ ਦਿਨ ਚੜ੍ਹਿਆ ਅਤੇ ਜੰਗ ਸ਼ੁਰੂ ਹੋ ਗਿਆ। ਇਹ ਜਿਹੜੇ ਪੰਜ ਸਿੰਘ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਮਿਲ ਕੇ ਆਏ ਨੇ ਲੜਨ ਵਾਸਤੇ, ਪਿਛਲੇ ਕਈ ਮਹੀਨਿਆਂ ਤੋਂ ਭੁੱਖੇ ਨੇ, ਜੇ ਸਾਨੂੰ ਭੁੱਖ ਲੱਗੀ ਹੋਵੇ ਤਾਂ ਅਸੀਂ ਪਾਣੀ ਦਾ ਗਲਾਸ ਨਹੀਂ ਚੁੱਕੇ ਪੀਂਦੇ, ਸਾਨੂੰ ਉਹ ਵੀ ਔਖਾ ਲੱਗਦਾ, ਭੁੱਖ ਦਾ ਵੀ ਦੁੱਖ ਹੈ, ਸਰੀਰ ਵੀ ਜ਼ਖਮੀ ਹੋ ਚੁੱਕੇ, ਆਨੰਦਪੁਰ ਸਾਹਿਬ ਵੀ ਜ਼ਖਮ ਲੱਗੇ, ਰਸਤੇ ਵਿੱਚ ਆਉਂਦਿਆਂ ਵੀ ਜ਼ਖਮ ਲੱਗੇ, ਸਾਨੂੰ ਕਿਤੇ ਨਿੱਕਾ ਜਿਹਾ ਕੋਈ ਜ਼ਖਮ ਲੱਗ ਜਾਵੇ, ਕੋਈ ਚੀਰਾ ਹੀ ਆ ਜਾਵੇ ਨਾ, ਸਾਡਾ ਹੱਥ ਪੈਰ ਕੰਮ ਨਹੀਂ ਕਰਦਾ, ਮੰਜੇ 'ਤੇ ਲੰਮੇ ਪੈ ਜਾਈਦਾ, ਸੇਵਾਦਾਰ ਆਖੀਦੇ ਵੀ ਹੁਣ ਸੇਵਾ ਕਰੋ ਆ ਕੇ। ਇਹ ਫੱਟੜ ਵੀ ਹੋਏ ਨੇ, ਜ਼ਖਮਾਂ ਵੀ ਲੱਗੇ ਨੇ, ਭੁੱਖ ਵੀ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਐਸੀ ਕਿਰਪਾ ਹੈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਸਤਿਗੁਰੂ ਪਾਤਸ਼ਾਹ ਨੇ ਐਸੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਇਹਨਾਂ ਸਿੰਘਾਂ ਦੇ ਜ਼ਖਮਾਂ ਦੇ ਜਿਹੜੇ ਦਰਦ ਸੀ ਨਾ ਪੀੜ, ਉਹ ਵੀ ਮਿਟਾ ਦਿੱਤੀ ਮਹਾਰਾਜ ਨੇ ਤੱਕ ਕੇ।
क्योंकि महाराज के नेत्रां दे विच गुरु गुरमुखो अमृत है ना, अमृत दृष्ट पेखे होए संत महाराज ते किसे नूं तक लैण ते इक आम व्यक्ति नूं संत बना दिंदे। जिन मानस ते देवते कीए करत ना लागी वार, ऐसी अवस्था महाराज जीआं दी जिहड़े अपने नेत्रां दे नाल तक के संत बना दिंदे। उन्होंने अपने नेत्रां दे नाल तक के जिहड़े जख्मां दे पीड़ा दर्द महाराज ने मिटा दिते, अपने नेत्रां दी दृष्टि दे नाल तक के भुख का दुख भी इस वेले मिटा दिता। जंग लड़दिया होया ना भुख चेते है ना जख्मां दा कोई दर्द चेते है। ऐसी बख्शिश करके महाराज प्रताप दे के अपने इन्हां पंजां सिंघां नूं जंगे मैदान दे अंदर महाराज साहब जी ऐसा जंग करवाउंदे हन। ओज तेज गुरदेव उदारे, सतगुरु पातशाह उदार दाते ने, सखी दाते जदों देंदे ने ना उदों बहुता ही दे दिंदे, क्योंकि जेवड़ आप तेवड़ तेरी दात, जिड़ा वड़ा वो आप मालक है ना उदियां दातां भी उन्नियां वड़ियां। असीं की मंग लवांगे, साडी बुद्धि छोटी है, विचार छोटी है, मंगांगे भी थोड़ा जिहा, पर वो दाता ऐसा इन्नियां दातां दिंदा है जिहड़ियां कदे सोचियां नहीं। गुरु गोबिंद सिंह पातशाह ऐसे सखी दाते ने, इन्हां सिंघां ने मंगिया नहीं है महाराज भुखी दूर कर दिओ, नहीं मंगिया कि महाराज जख्मां दा दर्द दूर कर दिओ, पर सतगुरु दाते ही इन्ने वड्डे ने बिना मंगण तो ही दई जांदे, ऐसी बख्शिश करदे हन। ज्यों नट उछलत बाजी पावत, भाई संतोख सिंह जी कहिंदे गुरमुखो बचन इह है, नट नाम है बाजीगर दा। जदों पिंडां विच आउंदे ना बाजीगर बाजी पाउण वास्ते, ते उस वेले की करदे कि वह छालां मार मार के विखाउंदे इधर दी उधर, अपने शरीरां नूं दूरा कर लैंदे, बड़ी फुरती विखाउंदे अपने शरीरां दे अंदर। महाराज दे ये पंज सिंह लड़दे पए, कहिंदे इस तरह छालां मारदे जंग मैदान दे विच जिवें कोई बाजीगर कोई बाजी पाउण वाला छालां मारदा है, इस तरह हथ विच शस्त्र फड़ के जंग मैदान विच लड़दे हन। त्यों बल ते एकल चल जावत, ते कहन लगे भी इस तरह बल करके कले कले जंग मैदान विच डटे हुए लड़न वास्ते ऐसा वार करदे हन। जब लग प्रांत जे नहरन में, भाई संतोख सिंह जी कहिंदे जिन्ना चिर साडे प्राण नहीं छुटदे, ये सिंह ये गल कहिंदे भी जिन्ना चिर शरीर विचों जान नहीं ना निकलदी उन्ना चिर जंग मैदान विचों पिछे नहीं हटना है। तब लग हतैरपन के तन में, उन्ना चिर दुश्मन दे नाल लड़दे ही रहना है, लड़दे ही रहना है। इस तरह की मौज दे विच आके इन्होंने बड़ा भयंकर जंग करके वैरी नूं सोधा लाया। ये सिंह होर भी अजे जंग करनगे, पर अज गुरमुखो धन गुरु नानक देव पातशाह महाराज साहब जिया का जो आनंद कारज विआह कारज है वह भी अज दिहाड़ा आपां नूं प्राप्त हो रहा है। सतगुरु नानक देव पातशाह महाराज जिया की वड्डी भैन बेबे नानकी सुल्तानपुर जय राम जी दे नाल व्याही हुई है। उस वेले बेबे नानकी जी ने वेख्या भी पिता का सुभा बड़ा गर्म है, ताड़दे रहिंदे जदों 20 रुपया का लंगर लाया ना महाराज जिया ने। उस वेले बाबा कल्याण चंद जिया ने सतगुरां नूं चपेड़ मार दित्ती सी, तो उस वेले बेबे नानकी ने आख्या सी जदों चपेड़ मारी ना, भाई संतोख सिंह ने बचन लिखे भी दूजी चपेड़ फिर अपना हाथ चुकिया उपर नूं, बाबा कल्याण चंद जी बाबा कालू जी जिन्हां नूं कहा जांदा, जदों दूजी चपेड़ मारन वास्ते हाथ चुकिया तो उस वेले भैन अगे हो गई, कहन लगी पिता जी जे दूजी चपेड़ मारनी फिर मेरे मार दे, पर इन्हां नूं कुछ ना कहो क्योंकि उन्होंने गुरु नानक देव पातशाह नूं कला भरा नहीं रब का रूप जानते सन, सो इन्ना प्यार करते सन। जदों बेबे नानकी जी व्याहे गए तो फिर अपने भरा नूं अपने नाल ही लै गए सुल्तानपुर की धरती ते। इत्थे कुछ समा महाराज जी रह, दौलत नवाब खान का मोदी खाना, गुरमुखो ये मोदी खाना इन्ना वड्डा सी भी जिवें आपां अज दुकाना हुंदियां ना सौदे वालियां जां शोरूम बन गए जां मॉल बन गए, ये मोदी खाना इन्ना वड्डा सी कि जिहड़ा दौलत नवाब खान है उहदी सारी फौज का राशन इत्थों जांदा सी महाराज दे मोदी खाने, सारी फौज नूं राशन सरकारी तौर ते जिहड़ा मिलना इत्थों जाना, बाकी लोड़वंदा ने भी आना तो उन्होंने भी लै जाना। बड़ा वड्डा सी ये महाराज साहब जिया का हट जिन्हों आप कह दें हाँ, जदों हिसाब किया उस वेले 760 रुपये बचे, तो गुरमुखो इन्नी वड्डी रकम अज के लखा के नाल जाके तुलना होंगी है, वो कम ही इन्ना वड्डा महाराज साहब जी का कारोबार इन्ना वड्डा भी इन्नी रकम महाराज जिया की उस वेले नवाब दे वल निकली। रो विचार ये है
ਵੀ ਸੁਲਤਾਨਪੁਰ ਦੀ ਧਰਤੀ 'ਤੇ ਰਹਿੰਦਿਆਂ ਫਿਰ ਇੱਥੇ ਮਹਾਰਾਜ ਸਾਹਿਬ ਜੀ ਮੋਦੀਖਾਨੇ ਦਾ ਕਾਰਜ ਕਰਦੇ। ਸਮਾਂ ਬਤੀਤ ਹੁੰਦਾ ਗਿਆ, ਆਪਣੇ ਮੋਦੀ ਨੂੰ ਚੰਗਾ ਵੇਖ ਕੇ ਉਸ ਵੇਲੇ ਦੌਲਤ ਨਵਾਬ ਖਾਨ ਨੇ ਕਿਹਾ ਭਾਈ ਜੈ ਰਾਮ ਜੀ ਨੂੰ ਵੀ ਸਾਡੇ ਕੋਲ ਇੱਕ ਰਿਸ਼ਤਾ ਹੈ ਬਟਾਲੇ ਦੀ ਧਰਤੀ 'ਤੇ, ਮੂਲ ਚੰਦ ਨਾਮ ਦਾ ਖੱਤਰੀ ਹੈ, ਚੰਦੋ ਰਾਣੀ ਮਹਾਰਾਜ ਜੀਆਂ ਦੀ ਸੱਸ ਦਾ ਨਾਮ ਹੈ, ਵੀ ਬੜੇ ਗਰਮ ਸੁਭਾਅ ਵਾਲੀ ਹੈ, ਕਦੇ ਨਾ ਕਦੇ ਮਹਾਰਾਜ ਦੇ ਨਾਲ ਲੜਦੀ ਰਹਿੰਦੀ ਹੈ ਕਿਸੇ ਕੋਈ ਨਾ ਕੋਈ ਬਹਾਨਾ ਲਾ ਕੇ। ਉਸ ਵੇਲੇ ਦੱਸਿਆ ਕਿ ਇਸ ਤਰ੍ਹਾਂ ਦਾ ਇੱਕ ਘਰ ਹੈ ਅਤੇ ਉਹਨਾਂ ਦੀ ਜਿਹੜੀ ਪੁੱਤਰੀ ਹੈ ਨਾਮ ਹੈ ਸੁਲੱਖਣੀ, ਕਿ ਉਹਨਾਂ ਵੀ ਉਹਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਵਿਆਹ ਕੀਤਾ ਜਾਵੇ। ਸਾਰੇ ਪਰਿਵਾਰ ਦੀ ਰਜਾਮੰਦੀ ਹੋਈ ਹੈ ਅਤੇ ਰਜਾਮੰਦੀ ਦੇ ਨਾਲ ਸਾਰੇ ਦਿਨ ਤਰੀਕ ਵਗੈਰਾ ਜੋ ਵੀ ਹੈ, ਉਸ ਵੇਲੇ ਜਿਹੜਾ ਅੱਜ ਦਾ ਦਿਨ ਆਪਾਂ ਨੂੰ ਮਿਲਦਾ ਪਿਆ, ਇਹ ਦਿਨ ਰੱਖਿਆ ਗਿਆ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਿਤਾ ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ, ਇਹ ਵੀ ਸੁਲਤਾਨਪੁਰ ਆ ਗਏ। ਹੋਰ ਵੀ ਜਿਹੜੇ ਮਾਮੇ ਸਨ ਮਹਾਰਾਜ ਜੀਆਂ ਦੇ, ਮਾਮਾ ਕ੍ਰਿਸ਼ਨ ਚੰਦ ਜੀ, ਇਸੇ ਤਰ੍ਹਾਂ ਨਾਨਾ ਰਾਮਾਨੰਦ ਪਰਮਾਨੰਦ ਜੀ, ਉਹਨਾਂ ਦੇ ਨਾਮ ਨੇ ਇਤਿਹਾਸ ਦੇ ਵਿੱਚ ਵੀ, ਉਹ ਵੀ ਆ ਗਏ। ਚਾਚਾ ਲਾਲੂ ਜੀ ਵੀ ਆ ਗਏ, ਸਾਰਾ ਮਹਾਰਾਜ ਦਾ ਪਰਿਵਾਰ ਜਿਹੜਾ ਸੁਲਤਾਨਪੁਰ ਆ ਗਿਆ। ਮਹਾਰਾਜ ਦੀ ਬਰਾਤ ਸੁਲਤਾਨਪੁਰੋਂ ਚੱਲੀ ਹੈ, ਭਾਵੇਂ ਕਿ ਮਹਾਰਾਜ ਦਾ ਅਵਤਾਰ ਸਥਾਨ ਤਲਵੰਡੀ ਨਗਰ ਹੈ, ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ, ਪਰ ਮਹਾਰਾਜ ਜੀ ਆਪਣੀ ਭੈਣ ਕੋਲ ਰਹਿੰਦੇ ਸਨ ਸੁਲਤਾਨਪੁਰ, ਬਰਾਤ ਵੀ ਇੱਥੋਂ ਹੀ ਚੱਲੀ ਹੈ। ਦੌਲਤ ਨਵਾਬ ਖਾਨ ਵੀ ਆਪ ਜਿਹੜਾ ਹੈ ਆਪਣੀ ਫੌਜ ਨੂੰ ਲੈ ਕੇ, ਅਤੇ ਇਸੇ ਤਰ੍ਹਾਂ ਅਮੀਰ ਜਿਹੜੇ ਚੰਗੇ ਲੋਕ ਨੇ ਸ਼ਹਿਰ ਦੇ, ਉਹ ਵੀ ਨਵਾਬ ਨੇ ਨਾਲ ਲੈ, ਬੜੇ ਸੋਹਣੇ ਹਾਥੀ ਘੋੜੇ ਸਜਾ ਕੇ ਬਰਾਤ ਨੂੰ ਰਿਸ਼ਤੇਦਾਰਾਂ ਦੇ ਸਮੇਤ ਮਹਾਰਾਜ ਸਾਹਿਬ ਜੀ ਇੱਥੋਂ ਚੱਲੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ। ਪੜਾ ਦਰ ਪੜਾ ਕਰਦਿਆਂ ਹੋਇਆਂ ਸਤਿਗੁਰੂ ਜੀ ਅਚਲ ਬਟਾਲੇ ਪਹੁੰਚ ਗਏ। ਅਚਲ ਸਾਹਿਬ ਗੁਰਮੁਖੋਂ ਵੱਖਰਾ ਨਗਰ ਹੈ ਅਤੇ ਬਟਾਲਾ ਵੱਖਰਾ ਨਗਰ ਹੈ, ਥੋੜ੍ਹੀ ਦੂਰੀ 'ਤੇ ਨੇ ਦੋਨੇ ਨਗਰ, ਪਰ ਬਹੁਤ ਆਦ ਲੋਕ ਅਚਲ ਬਟਾਲਾ ਇਕੱਠਾ ਹੀ ਕਹਿ ਦਿੰਦੇ, ਪਰ ਬਟਾਲਾ ਨਗਰ ਵੱਖਰਾ ਹੈ, ਅਚਲ ਸਾਹਿਬ ਵੱਖਰਾ ਹੈ, ਜਿੱਥੇ ਸਿੱਧਾਂ ਨਾਲ ਵਿਚਾਰ ਹੋਈ ਉਹ ਸਥਾਨ ਵੀ ਬਣਿਆ ਹੋਇਆ। ਜਦੋਂ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਦੀ ਧਰਤੀ 'ਤੇ, ਬਟਾਲੇ ਦੀ ਧਰਤੀ 'ਤੇ ਮਹਾਰਾਜ ਪਹੁੰਚੇ, ਕਈ ਤਰ੍ਹਾਂ ਦੇ ਬਚਨ ਬਿਲਾਸ ਹੋਏ। ਵਿਦਵਾਨਾਂ ਦਾ ਬਚਨ ਹੈ ਵੀ ਮਹਾਰਾਜ ਜੀਆਂ ਨੂੰ ਜਾਣ ਬੁੱਝ ਕੇ ਇੱਕ ਕੰਧ ਦੇ ਨਾਲ ਉਸ ਵੇਲੇ ਮੰਜਾ ਡਾਹ ਕੇ ਸਾਲੀਆਂ ਦੇ ਵੱਲੋਂ ਜਾਂ ਰਿਸ਼ਤੇਦਾਰਾਂ ਦੇ ਵੱਲੋਂ ਬਿਠਾਇਆ ਗਿਆ, ਅਤੇ ਉਸ ਵੇਲੇ ਇੱਕ ਬਜ਼ੁਰਗ ਮਾਤਾ ਕੋਲ ਦੀ ਲੰਘਦੀ ਪਈ, ਉਹਨੇ ਵੇਖਿਆ ਵੀ ਇਹ ਕੰਧ ਬੜੀ ਮਾੜੀ ਹੈ, ਕਦੇ ਵੀ ਡਿੱਗ ਸਕਦੀ ਹੈ। ਉਸਨੇ ਆਖਿਆ, ਕਹਿਣ ਲੱਗੀ, ਪੁੱਤਰ ਇਹ ਕੰਧ ਜਿਹੜੀ ਬੜੀ ਕਮਜ਼ੋਰ ਹੈ, ਇਹ ਕਦੇ ਵੀ ਤੁਹਾਡੇ ਉੱਪਰ ਡਿੱਗ ਸਕਦੀ ਹੈ, ਤੁਸੀਂ ਉੱਠ ਕੇ ਇੱਥੋਂ ਪਾਸੇ ਹੋ ਜਾਓ। ਜਦੋਂ ਇਹ ਬਚਨ ਬਜ਼ੁਰਗ ਮਾਤਾ ਨੇ ਆਖੇ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਮੁੱਖੋਂ ਬਚਨ ਨਿਕਲ ਗਿਆ, ਕਹਿਣ ਲੱਗੇ, ਮਾਤਾ ਜੀ ਇਹ ਕੰਧ ਡਿੱਗੇਗੀ ਨਹੀਂ, ਇਹ ਸਾਡੇ ਵਿਆਹ ਦੀ ਹਮੇਸ਼ਾ ਗਵਾਹੀ ਭਰਦੀ ਰਹੇਗੀ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਐਸੇ ਬਚਨ ਹੋਏ, ਅੱਜ ਵੀ ਆਪ ਸੰਗਤਾਂ ਜਦੋਂ ਜਾਂਦੇ ਹੋ ਬਟਾਲਾ ਸਾਹਿਬ ਦੀ ਧਰਤੀ 'ਤੇ ਦਰਸ਼ਨ ਕਰਨ ਵਾਸਤੇ, ਉਹ ਕੰਧ ਦੇ ਵੀ ਦਰਸ਼ਨ ਕੀਤੇ ਜਾਂਦੇ, ਭਾਵੇਂ ਕਿ ਉਹਨਾਂ ਸਮਿਆਂ ਵਿੱਚ ਉਹ ਕੰਧ ਵੱਡੀ ਹੈ, ਪਰ ਸਾਡੇ ਕੁਝ ਲੋਕ ਐਸੇ ਨੇ ਉਹ ਕੰਧ ਦੀ ਇਹ ਮਿੱਟੀ ਜਿਹੜੀ ਹੈ ਨਾ, ਚੂੰਡੀਆਂ ਭਰ ਭਰ ਕੇ ਲੋਕ ਆਪਣੇ ਘਰਾਂ ਨੂੰ ਲੈ ਕੇ ਤੁਰ ਪਏ, ਅਤੇ ਕੰਧ ਹੌਲੀ ਹੌਲੀ ਫਿਰ ਛੋਟੀ ਹੋਣੀ ਸ਼ੁਰੂ ਹੋ ਗਈ। ਫਿਰ ਉਸ ਨੂੰ ਬਚਾ ਕੇ ਰੱਖਣ ਵਾਸਤੇ ਸ਼ੀਸ਼ੇ ਦੇ ਵਿੱਚ ਰੱਖ ਦਿੱਤਾ ਗਿਆ, ਤਾਂ ਕਿ ਉਸ ਨੂੰ ਕੋਈ ਛੇੜਛਾੜ ਨਾ ਕਰੇ ਔਰ ਯਾਦਗਾਰ ਬਣੀ ਰਹੇ ਮਹਾਰਾਜ ਜੀਆਂ ਦੇ। ਸੋ ਐਸੇ ਕੌਤਕ ਮਹਾਰਾਜ ਜੀਆਂ ਨੇ ਕੀਤੇ। ਜਦੋਂ ਆਨੰਦ ਕਾਰਜ ਦਾ ਸਮਾਂ ਆਇਆ ਨਾ ਮਹਾਰਾਜ ਸਾਹਿਬ ਜੀ ਦੇ, ਉਸ ਵੇਲੇ ਬ੍ਰਾਹਮਣ ਆ ਗਿਆ ਬੇਦੀ ਲੈ ਕੇ, ਉਸਨੇ ਅੱਗ ਵਗੈਰਾ ਬਾਲ ਕੇ ਮੰਡਪ ਸਾਰਾ ਤਿਆਰ ਕੀਤਾ ਵੀ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਆਨੰਦ ਕਾਰਜ ਕੀਤੇ ਜਾਣਗੇ, ਵਿਆਹ ਕੀਤਾ ਜਾਵੇਗਾ ਹਿੰਦੂ ਰਸਮਾਂ ਦੇ ਮੁਤਾਬਕ। ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉੱਥੇ ਮਨ੍ਹਾ ਕੀਤਾ, ਕਹਿਣ ਲੱਗੇ, ਨਹੀਂ ਭਾਈ, ਅਸੀਂ ਇਸ ਤਰ੍ਹਾਂ ਆਨੰਦ ਕਾਰਜ ਨਹੀਂ ਕਰਾਂਗੇ, ਅਸੀਂ ਗੁਰਮਤ ਦੇ ਨਾਲ ਕਰਾਂਗੇ। ਪੁੱਛਿਆ, ਮਹਾਰਾਜ ਗੁਰਮਤ ਨਾਲ ਕਿਵੇਂ ਕਰੋਗੇ? ਕਹਿਣ ਲੱਗੇ, ਅਸੀਂ ਆਪਣੇ ਆਨੰਦ ਕਾਰਜ ਗੁਰਬਾਣੀ ਦੇ ਨਾਲ ਕਰਾਂਗੇ। ਗੁਰਬਾਣੀ ਦੀਆਂ ਲਾਵਾਂ ਪਾਠ ਆਪਾਂ ਪੜ੍ਹਦੇ ਹਾਂ, ਲਾਵਾਂ ਬਾਣੀ ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰੀ ਹੈ। ਬਾਅਦ ਵਿੱਚ ਜਦੋਂ ਸਿੱਖਾਂ ਸੰਗਤਾਂ ਨੇ ਆਖਿਆ ਸੀ, ਮਹਾਰਾਜ ਐਸੀ ਬਾਣੀ ਉਚਾਰੋ ਆਪ ਜੀ ਦੇ ਸਿੱਖ ਜੀ ਦੇ ਨਾਲ ਆਨੰਦ ਕਾਰਜ ਦੀ ਪੂਰੀ ਰਸਮ ਕਰ ਲਿਆ ਕਰਨ। ਫਿਰ ਇਹ ਬਚਨ ਗੁਰੂ ਰਾਮਦਾਸ ਪਾਤਸ਼ਾਹ ਨੇ ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਉਹ ਇਹ ਬਚਨ ਮਹਾਰਾਜ ਨੇ ਲਿਖੇ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਕਿਸੇ ਤੱਤ ਦੀਆਂ ਲਾਵਾਂ ਨਹੀਂ ਲਵਾਂਗੇ, ਅੱਗ ਵੀ ਤਾਂ ਇੱਕ ਤੱਤ ਹੈ ਨਾ, ਇਹਨਾਂ ਤੱਤਾਂ ਦੀਆਂ ਲਾਵਾਂ ਨਹੀਂ ਲਵਾਂਗੇ, ਅਸੀਂ ਗੁਰਬਾਣੀ ਦੇ ਦੁਆਲੇ ਪਰਿਕਰਮਾ ਕਰਾਂਗੇ। ਇਤਿਹਾਸ ਦੇ ਵਿੱਚ ਬਚਨ ਆਉਂਦਾ, ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਾਗਜ਼ ਦੇ ਉੱਪਰ ਮੂਲ ਮੰਤਰ ਲਿਖਿਆ,
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ। ਇਹ ਬਚਨ ਲਿਖ ਕੇ ਕਾਗਜ਼ ਦੇ ਉੱਪਰ ਇੱਕ ਬੜੀ ਸੋਹਣੀ ਚੌਂਕੀ ਮਹਾਰਾਜ ਨੇ ਤਿਆਰ ਕਰਵਾ ਕੇ, ਪੀੜਾ ਜਿਹਨੂੰ ਆਪਾਂ ਕਹਿ ਦਈਏ, ਪੀੜਾ ਤਿਆਰ ਕਰਵਾ ਕੇ ਉਹਦੇ ਉੱਪਰ ਉਹ ਗੁਰਬਾਣੀ ਦਾ ਸ਼ਬਦ ਕਾਗਜ਼ ਰੱਖ ਕੇ ਅਤੇ ਮਾਤਾ ਸੁਲੱਖਣੀ ਦੀਆਂ ਨਾਲ ਲੈ ਕੇ ਉਸ ਵੇਲੇ ਮਹਾਰਾਜ ਨੇ ਪਰਿਕਰਮਾ ਕੀਤੀਆਂ ਅਤੇ ਅੱਜ ਦੇ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਟਾਲੇ ਦੀ ਧਰਤੀ 'ਤੇ ਮਾਤਾ ਸੁਲੱਖਣੀ ਜੀ ਜੋ ਮੂਲ ਚੰਦ ਜੀਆਂ ਦੀ ਪੁੱਤਰੀ ਹੈ ਅਤੇ ਇਸੇ ਤਰ੍ਹਾਂ ਚੰਦੋ ਰਾਣੀ ਮਹਾਰਾਜ ਜੀ ਦੀ ਸੱਸ ਦਾ ਨਾਮ ਹੈ, ਉਹਨਾਂ ਦੀ ਪੁੱਤਰੀ ਦੇ ਨਾਲ ਅੱਜ ਦੇ ਦਿਨ ਮਹਾਰਾਜ ਨੇ ਲਾਵਾਂ ਲੈ ਕੇ ਅਤੇ ਆਨੰਦ ਕਾਰਜ ਜਿਹੜੇ ਕਰਵਾਏ। ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਨੰਦ ਕਾਰਜ ਕਰਵਾਏ ਉੱਥੇ ਗੁਰਮਤਿ ਨੂੰ ਮੁੱਖ ਰੱਖਦਿਆਂ ਹੋਇਆ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਅਤੇ ਸਿੱਖਾਂ ਨੂੰ ਹਦਾਇਤ ਕੀਤੀ ਵੀ ਜਿਹੜਾ ਵੀ ਸਿੱਖ ਭਾਈ ਆਨੰਦ ਕਾਰਜ ਕਰੇ ਉਹ ਗੁਰਬਾਣੀ ਦੀਆਂ ਪਰਿਕਰਮਾ ਕਰੇ। ਇਸ ਤਰ੍ਹਾਂ ਮਹਾਰਾਜ ਨੇ ਇਹ ਸਾਨੂੰ ਜਿਹੜੀ ਗੁਰਮਤਿ ਸਿਖਾਈ ਹੈ, ਬਾਅਦ ਵਿੱਚ ਮਹਾਰਾਜ ਨੇ ਲਾਵਾਂ ਬਾਣੀ ਉਚਾਰ ਦਿੱਤੀ, ਅੱਜ ਅਸੀਂ ਪਰਿਕਰਮਾ ਕਰਦੇ ਹਾਂ। ਪਰ ਕਈਆਂ ਥਾਵਾਂ 'ਤੇ ਅੱਜ ਬੜੀ ਘਾਟ ਹੈ, ਆਪਾਂ ਸੋਸ਼ਲ ਮੀਡੀਆ 'ਤੇ ਵੇਖਦੇ ਰਹਿੰਦੇ, ਕੁਝ ਗ੍ਰੰਥੀ ਵੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਆਪ ਨੂੰ ਕੋਈ ਗਿਆਨ ਨਹੀਂ ਹੈ, ਰੋਟੀਆਂ ਕਾਰਨ ਪੂਰੇ ਤਾਲ ਹੀ ਬਣੇ ਹੋਏ, ਸਮਝ ਨਹੀਂ ਹੈ ਗੁਰਮਤਿ ਦੀ। ਆਪ ਮਹਾਰਾਜ ਦੇ ਸਾਹਮਣੇ ਕੁਰਸੀਆਂ ਲਾ ਦਿੱਤੀਆਂ ਜਾਂਦੀਆਂ ਵੀ ਲੜਕੀ ਨੇ ਲਹਿੰਗਾ ਪਾਇਆ ਬੈਠ ਨਹੀਂ ਸਕਦੀ ਹੈ, ਕੁਰਸੀ ਡਾ ਕੇ ਮਹਾਰਾਜ ਦੇ ਸਾਹਮਣੇ ਬਿਠਾ ਦਿੱਤਾ। ਕੁਝ ਐਸੇ ਨੇ ਜਿਹੜੇ ਕਹਿੰਦੇ ਅਸੀਂ ਪਰਿਕਰਮਾ ਹੀ ਨਹੀਂ ਕਰ ਸਕਦੇ, ਬੈਠੇ ਹੀ ਹਾਂ, ਬਸ ਪੜ੍ਹ ਦਿਓ ਅਤੇ ਸਾਡੇ ਆਨੰਦ ਕਾਰਜ ਹੋ ਜਾਣ। ਇਸ ਤਰ੍ਹਾਂ ਦੀਆਂ ਢਲਿਆਈਆਂ ਗੁਰਮਤਿ ਵਿੱਚ ਸਾਡੇ ਕੁਝ ਮਾੜੇ ਲੋਕਾਂ ਕਰਕੇ ਆ ਗਈ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਪਰਿਕਰਮਾ ਕਰਕੇ ਗੁਰਬਾਣੀ ਦੀ ਆਨੰਦ ਕਾਰਜ ਕਰਵਾਏ, ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ ਉਚਾਰੀ ਹੈ। ਇਸ ਕਰਕੇ ਗੁਰਮੁਖੋ ਬਚਨ ਇਹ ਹੈ ਵੀ ਆਨੰਦ ਕਾਰਜ ਦੇ ਸਮੇਂ ਮਹਾਰਾਜ ਦੀਆਂ ਪਰਿਕਰਮਾ ਕਰਨੀਆਂ ਔਰ ਗੁਰਬਾਣੀ ਦਾ ਪਾਠ ਕਰਨਾ ਔਰ ਮਹਾਰਾਜ ਦੇ ਉੱਪਰ ਪੂਰੀ ਭੈ ਭਾਵਨੀ ਰੱਖਣੀ, ਸ਼ਰਧਾ ਰੱਖਣੀ। ਇੱਕ ਇਹ ਦੁਨੀਆਂ ਦਾ ਰਿਸ਼ਤਾ ਹੈ ਜਿਹਦੇ ਵਿੱਚ ਗੁਰੂ ਆਪ ਜਾਮਣ ਹੁੰਦਾ ਹੈ, ਮਾਂ ਪੁੱਤ ਦਾ ਰਿਸ਼ਤਾ ਬਣਿਆ, ਭੈਣ ਭਰਾ ਦਾ ਬਣਿਆ ਹੈ, ਪਰ ਉਹਨਾਂ ਰਿਸ਼ਤਿਆਂ ਵਿੱਚ ਗੁਰੂ ਦੀ ਜਾਮਣੀ ਨਹੀਂ, ਪਰ ਪਤੀ ਪਤਨੀ ਦੇ ਰਿਸ਼ਤੇ ਵਿੱਚ ਗੁਰੂ ਦੀ ਜਾਮਣੀ, ਗੁਰੂ ਪਾਤਸ਼ਾਹ ਵਿੱਚ ਆਪ ਬੈਠੇ ਹੋਏ। ਇਹ ਐਸਾ ਪਵਿੱਤਰ ਰਿਸ਼ਤਾ ਜਿਹਨੂੰ ਗੁਰੂ ਨੇ ਆਪ ਜੋੜਿਆ ਹੈ ਅਤੇ ਫਿਰ ਗੁਰੂ ਦੀ ਮਤ ਦੇ ਮੁਤਾਬਕ, ਗੁਰੂ ਦੇ ਸਿਧਾਂਤ ਦੇ ਮੁਤਾਬਕ ਉਸਨੂੰ ਚੱਲਣਾ ਚਾਹੀਦਾ। ਕਈ ਵਾਰੀ ਅਸੀਂ ਅੱਜ ਦੇ ਫੈਸ਼ਨ ਦੇ ਯੁੱਗ ਦੇ ਵਿੱਚ ਮਹਿੰਗੇ ਮਹਿੰਗੇ ਲਹਿੰਗੇ ਵਗੈਰਾ ਪਾ ਕੇ ਚੱਲਣ ਤੋਂ ਅਸਮਰੱਥ ਹੋ ਜਾਈਦਾ, ਬੈਠਣ ਤੋਂ ਵੀ ਅਸਮਰੱਥਾ ਹੋ ਜਾਂਦੀ ਹੈ। ਉਸ ਵੇਲੇ ਆਨੰਦ ਕਾਰਜ ਦੇ ਸਮੇਂ ਜੇ ਸੂਟ ਪਾ ਲਿਆ ਜਾਵੇ ਜਾਂ ਇਸ ਤਰ੍ਹਾਂ ਦੇ ਵਸਤਰ ਪਾਏ ਜਾਣ ਜਿਨ੍ਹਾਂ ਨਾਲ ਪਰਿਕਰਮਾ ਸੌਖੀਆਂ ਹੋ ਜਾਣ, ਬੈਠਿਆ ਸੌਖਾ ਜਾਵੇ, ਉੱਠਿਆ ਸੌਖਾ ਜਾਵੇ, ਬਾਅਦ ਵਿੱਚ ਬਾਹਰ ਜਾ ਕੇ ਤੁਸੀਂ ਆਪਣਾ ਕੋਈ ਵੀ ਜਿਹੜਾ ਹੈ ਉਹ ਕੱਪੜਾ ਪਾ ਕੇ ਅਤੇ ਆਪਣੀਆਂ ਦੂਜੀਆਂ ਰਸਮਾਂ ਵੀ ਆਪਾਂ ਪੂਰੀਆਂ ਕਰ ਸਕਦੇ, ਪਰ ਗੁਰੂ ਦਾ ਸਿਧਾਂਤ, ਗੁਰੂ ਦੀ ਮਰਿਆਦਾ ਜ਼ਰੂਰੀ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅੱਜ ਦੇ ਦਿਨ ਗੁਰਮੁਖੋ ਆਨੰਦ ਕਾਰਜ ਵਿਆਹ ਜਿਹੜਾ ਹੈ ਮਾਤਾ ਸੁਲੱਖਣੀ ਜੀਆਂ ਦੇ ਨਾਲ ਬਟਾਲੇ ਦੀ ਧਰਤੀ 'ਤੇ ਹੋਇਆ। ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਵਿਣਸਿਆ। ਇਹ ਬਚਨ ਆਪਾਂ ਪੜ੍ਹਦੇ ਗੁਰਬਾਣੀ ਦੇ ਅੰਦਰ, ਗੁਰ ਗਿਆਨ ਪ੍ਰਚੰਡ ਬੁਲਾਇਆ। ਸੋ ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ। ਲਿਖਿਆ ਕਤ ਹੈ ਨਾ ਛੁਟਿਆ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੀਨ ਦਰਦ ਦੁੱਖ ਭੰਜਨਾ, ਕੱਟ ਕੱਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ।